ਝੂਠੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਇਆ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਇਆ ਬਲਹਾਰੀ ਗੁਰ ਆਪਣੇ ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਇਆ ਗਰਬ ਨਾਇਓ ਫਿਰ ਸੰਕਟ ਜੋਨ ਗਰਬ ਨਾ ਆਇਓ ਫਿਰ ਸੰਕਟ ਜੋਨ ਗਰਬ ਨਾ ਆਇਓ ਫਿਰ ਸੰਕਟ ਜੋਨ ਗਰਬ ਨਾ ਆਇਓ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਸ੍ਰੀ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨੇਕੰ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ੍ਰੀ ਹਰਗੋਬਿੰਦ ਸ਼ੋਭ ਸੁਮਤ ਹਰਕਾਸ਼ਕ ਸ੍ਰੀ ਹਰ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਬਹਾਦੁਰ ਪਰਮ ਕੇਰ ਪਾਲਾ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਵਾਹਿਗੁਰੂ ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਸ਼ਬਦ ਗੁਰੂ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਹੀ ਇੱਜ਼ਤ ਪੱਤ ਰੱਖਣ ਵਾਲੇ ਦਿਆਲੂ ਕਿਰਪਾਲੂ ਮਿਹਰਬਾਨ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਾਰੀ ਸਿੱਖ ਸੰਗਤ ਜੋੜੋ ਦੋਵੇਂ ਹੱਥ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 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 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸਤਿਗੁਰੂ ਜੀ ਦਾ ਹੀ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਬੜੇ ਪਿਆਰ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਾਵਨ ਪਵਿੱਤਰ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਦੇ ਜੱਥੇ ਪਾਸੋਂ ਸਰਵਣ ਕਰ ਰਹੇ ਸੀ। ਗੁਰਬਾਣੀ ਕੀਰਤਨ ਸੁਣਨ ਦੇ ਨਾਲ ਕਰੋੜਾਂ ਹੀ ਪੁੰਨ ਜਿਹੜੇ ਹੈ ਉਹ ਸਾਧ ਸੰਗਤ ਜੀ ਮਨੁੱਖ ਦੇ ਬਣ ਜਾਂਦੇ ਹਨ। ਆਪ ਜੀ ਬੜੇ ਪਿਆਰ ਨਾਲ ਰਸ ਨਾਲ ਭਾਈ ਸਾਹਿਬ ਜੀ ਦੇ ਮੁੱਖੋਂ ਸਤਿਗੁਰੂ ਜੀ ਦੀ ਅੰਮ੍ਰਿਤਮਈ ਰਸਮਈ ਗੁਰਬਾਣੀ ਜੀ ਦਾ ਕੀਰਤਨ ਸਰਵਣ ਕਰ ਰਹੇ ਸੀਗੇ। ਸਾਰਾ ਦਿਨ ਆਪ ਜੀ ਨੇ ਆਪੋ ਆਪਣੇ ਕੰਮ ਕੀਤੇ ਨੇ, ਸਾਰੀ ਦਿਹਾੜੀ ਰੁਝੇਵਿਆਂ ਦੇ ਵਿੱਚ ਬਤੀਤ ਹੋਈ ਹੈ, ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਆਓ ਹੁਣ ਕੁਝ ਸਮਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਆਪਣੀ ਸੁਰਤ ਜੋੜੀਏ। ਸਾਰੀਆਂ ਸੰਗਤਾਂ ਜੋੜੋ ਦੋਵੇਂ ਹੱਥ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਮਹਾਰਾਜ ਗਰੀਬ ਨਵਾਜ ਲਾਹੌਰ ਵਿੱਚ ਪਹੁੰਚੇ ਹੈ। ਇੱਥੋਂ ਤੱਕ ਕੱਲ੍ਹ ਆਪ ਜੀ ਨੇ ਕਥਾ ਸਰਵਣ ਕੀਤੀ ਸੀ। ਲਾਹੌਰ ਵਿੱਚ ਵਿਚਰ ਰਹੇ ਨੇ ਸੱਚੇ ਪਾਤਸ਼ਾਹ। ਚੰਦੂ ਨੇ ਦੇਖ ਲਿਆ ਗੁਰੂ ਸਾਹਿਬ ਬੜੇ ਆਨੰਦ ਦੇ ਨਾਲ ਲਾਹੌਰ ਵਿੱਚ ਵਿਚਰ ਰਹੇ ਹੈ, ਜਿਸ ਕਰਕੇ ਚੰਦੂ ਬੜਾ ਦੁਖੀ ਹੋਇਆ ਜੀ। ਨਿੰਦਕ ਪੁਰਸ਼, ਈਰਖਾਲੂ ਪੁਰਸ਼ ਦੂਜੇ ਦੀ ਜੈ ਜੈਕਾਰ ਵੇਖ ਕੇ ਹਮੇਸ਼ਾ ਦੁਖੀ ਹੁੰਦੇ ਹੈ ਜੀ, ਉਹਨਾਂ ਨੂੰ ਦੁੱਖ ਹੁੰਦਾ ਹੈ। ਇਸੇ ਤਰ੍ਹਾਂ ਚੰਦੂ ਗੁਰੂ ਸਾਹਿਬ ਜੀ ਦੀ ਸੋਭਾ ਵੇਖ ਕੇ ਬੜਾ ਦੁਖੀ ਹੋਇਆ ਜੀ। ਚੰਦੂ ਨੇ ਜਾ ਕੇ ਬਾਦਸ਼ਾਹ ਨੂੰ ਇਹ ਗੱਲ ਦੱਸੀ, ਬਾਦਸ਼ਾਹ ਤੁਸੀਂ ਇੱਥੇ ਬੈਠੇ ਹੋ, ਗੁਰੂ ਅਰਜਨ ਦੇਵ ਜੀ ਤਾਂ ਬੜੇ ਸ਼ਾਨੋ ਸ਼ੌਕਤ ਦੇ ਨਾਲ ਵਿਚਰ ਰਹੇ ਹੈ। ਬਾਦਸ਼ਾਹ ਨੇ ਇਹ ਗੱਲ ਸੁਣੀ ਅਤੇ ਕੁਝ ਇਤਿਹਾਸ ਸਾਧ ਸੰਗਤ ਜੀ ਦਾਸ ਸਾਹਿਬ ਜੀ ਨੂੰ ਛੇਤੀ ਛੇਤੀ ਬੇਨਤੀ ਕਰ ਦੇਵੇ, ਕਿਉਂਕਿ ਅੱਜ ਦੇ ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਗਿਆ ਸੀਗਾ ਜੀ। ਉਹ ਅੱਜ ਦਾ ਦਿਨ ਸੀਗਾ ਜਦੋਂ ਮਹਾਰਾਜ ਉਬਲਦੀ ਦੇਗ ਵਿੱਚ ਬੈਠੇ ਸਨ ਜੀ। ਇਸ ਕਰਕੇ ਉਸ ਪ੍ਰਸੰਗ ਦੀ ਆਪਾਂ ਕਥਾ ਵਿਚਾਰ ਕਰਨੀ ਹੈ। ਥੋੜ੍ਹਾ ਜਿਹਾ ਦਾਸ ਸਾਹਿਬ ਜੀ ਨੂੰ ਬੇਨਤੀ ਕਰ ਦੇਵੇ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜਦੋਂ ਬਾਦਸ਼ਾਹ ਨੂੰ ਮਿਲੇ ਹੈ ਅਤੇ ਬਾਦਸ਼ਾਹ ਨੇ ਹਿੰਦੂ ਵੀ ਸੱਦੇ ਹੋਏ ਸਨ ਅਤੇ ਮੁਸਲਮਾਨ ਵੀ ਸੱਦੇ ਹੋਏ ਸਨ ਜੀ, ਗੁਰੂ ਸਾਹਿਬ ਨੂੰ ਸੱਦਾ ਕਿਹਨੇ ਦਿੱਤਾ ਜੀ? ਵਜ਼ੀਰ ਖਾਨ ਨੇ ਸੱਦਾ ਦਿੱਤਾ ਜੀ। ਵਜ਼ੀਰ ਖਾਨ ਹਰ ਰੋਜ਼ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਨੇਮੀ ਹੈ ਜੀ। ਬੜੇ ਪਿਆਰ ਨਾਲ ਉਹ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦਾ ਹੈ। ਵਜ਼ੀਰ ਖਾਨ ਮਹਾਰਾਜ ਜੀ ਨੂੰ ਲੈ ਕੇ ਆਇਆ, ਚੰਦੂ ਵੀ ਉੱਥੇ ਬੈਠਾ ਹੋਇਆ ਸੀਗਾ, ਬਾਦਸ਼ਾਹ ਵੀ ਬੈਠਾ, ਸਾਰੇ ਬੈਠੇ ਹੈ। ਬਾਦਸ਼ਾਹ ਇਹ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਇਹ ਮੈਨੂੰ ਦੱਸੋ ਕਿ ਇੱਕ ਬੰਨੇ ਹਿੰਦੂ ਨੇ ਅਤੇ ਇੱਕ ਬੰਨੇ ਮੁਸਲਮਾਨ ਨੇ। ਹਿੰਦੂ ਵੀਰ ਆਪਣੇ ਆਪ ਨੂੰ ਵੱਡਾ ਕਹਿ ਰਿਹਾ ਅਤੇ ਮੁਸਲਮਾਨ ਵੀਰ ਆਪਣੇ ਆਪ ਨੂੰ ਵੱਡੇ ਕਹਿ ਰਹੇ, ਇਸੇ ਤਰ੍ਹਾਂ ਹੋ ਰਿਹਾ। ਮਹਾਰਾਜ ਉੱਤਰ ਦੇਹੋ ਪੀਰ ਤੁਮ ਦੀਰਗ ਜਿਸ 'ਤੇ ਮਮ ਖਾਤਰ ਮੋਏ ਜਾਣ। ਤੁਸੀਂ ਬੜੇ ਵੱਡੇ ਹੋ, ਧਾਰਮਿਕ ਪੁਰਸ਼ ਹੋ, ਤੁਸੀਂ ਦੱਸੋ ਹਿੰਦੂ ਵੱਡੇ ਹੈ ਕਿ ਮੁਸਲਮਾਨ ਵੱਡੇ ਹੈ? ਇਹ ਲੋਕ ਬੜੇ ਸਿਆਣੇ ਨੇ, ਜੇ ਤਾਂ ਕਹਿਣ ਵੀ ਮੁਸਲਮਾਨ ਛੋਟੇ ਹੈ ਗੁਰੂ ਸਾਹਿਬ ਤਾਂ ਮੁਸਲਮਾਨਾਂ ਨੂੰ ਦੁਆਲੇ ਕਰਾ ਦਈਏ, ਜੇ ਕਹਿਣ ਹਿੰਦੂ ਛੋਟੇ ਹੈ ਹਿੰਦੂਆਂ ਨੂੰ ਦੁਆਲੇ ਕਰਾ ਦਈਏ। ਉਹਨਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਅਰਜਨ ਦੇਵ ਸਾਹਿਬ ਪੂਰੇ ਨੇ, ਮਹਾਰਾਜ ਨੇ ਰਾਮ ਕਲੀ ਰਾਗ ਵਿੱਚ ਉਚਾਰਿਆ ਹੋਇਆ ਸ਼ਬਦ ਸੁਣਾਇਆ, ਰਾਮ ਕਲੀ ਮਹੱਲਾ ਪੰਜਵਾਂ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਈਆਂ ਕੋਈ ਅੱਲਾਹ, ਕਾਰਨ ਕਰਨ ਰਹੀਮ ਕਰੀਮ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੇ ਇਹ ਸ਼ਬਦ ਉਚਾਰਿਆ, ਕੋਈ ਰਾਮ ਰਾਮ ਬੋਲ ਰਿਹਾ, ਕੋਈ ਖੁਦਾ ਖੁਦਾ ਬੋਲ ਰਿਹਾ, ਕੋਈ ਉਹਨੂੰ ਗੁਸਈਆਂ ਕਹਿ ਰਿਹਾ, ਕੋਈ ਉਹਨੂੰ ਅੱਲਾ ਕਹਿ ਰਿਹਾ, ਅਤੇ ਬਾਕੀ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਹੈ ਤਾਂ ਵਾਹਿਗੁਰੂ ਇੱਕ ਹੀ ਹੈ। ਗੱਜ ਕੇ ਆਖੋ ਵਾਹਿਗੁਰੂ। ਉਹ ਕਾਰਨ ਕਰਨ ਕਰੀਮ ਹੈ ਤੇ ਉਹ ਹੀ ਰਹੀਮ ਹੈ, ਉਹ ਹੀ ਹਿੰਦੂਆਂ ਦਾ ਹੈ ਤੇ ਉਹ ਮੁਸਲਮਾਨਾਂ ਦਾ ਹੈ। ਸੰਗਤ ਜੀ ਇੱਥੋਂ ਅਟਾਰੀ ਕਿਤੇ ਕਿੰਨੀ ਕੁ ਦੂਰ ਹੈ ਜੀ? ਕੁਝ ਕਿਲੋਮੀਟਰ ਤੇ ਅਟਾਰੀ ਤੇ ਅਟਾਰੀ ਤੇ ਬਾਰਡਰ ਹੈ ਜੀ। ਹੱਦ ਤੋਂ ਪਾਰ ਚਲੇ ਜਾਓ ਪੂਜਾ ਕਰਨ ਦਾ ਤਰੀਕਾ ਬਦਲ ਜਾਂਦਾ ਹੈ ਜੀ, ਪੂਜਾ ਕਰਨ ਦਾ ਤਰੀਕਾ ਬਦਲ ਜਾਂਦਾ, ਬੰਦਿਆਂ ਦੀ ਬਿਲਕੁਲ ਮਰਜ਼ਾਦਾ ਬਦਲ ਜਾਂਦੀ ਹੈ। ਹੱਦ ਤੋਂ ਉਰੇ ਆਓ ਇੱਥੇ ਹਿੰਦੂ ਵੀ ਵੱਸਦੇ ਸਿੱਖ ਵੀ ਵੱਸਦੇ ਹੈ, ਇੱਥੇ ਪੂਜਾ ਕਰਨ ਦਾ ਤਰੀਕਾ ਵੱਖਰਾ ਹੈ, ਤੇ ਧਰਤੀ ਦੀ ਹੱਦ ਪਾਰ ਕਰੋ ਤੇ ਤਰੀਕਾ ਵੱਖਰਾ ਹੋ ਜਾਂਦਾ ਜੀ। ਪਰ ਪਿਆਰਿਓ ਹੱਦ ਬਦਲਣ ਨਾਲ ਤਰੀਕੇ ਵੱਖੋ ਵੱਖਰੇ ਨੇ, ਹੈ ਇੱਕ ਹੀ ਹੈ ਜਿਹਦੀ ਪੂਜਾ ਕਰ ਰਹੇ ਹੈ ਜੀ। ਉਹ ਨਹੀਂ ਵੱਖੋ ਵੱਖਰਾ ਵੀ ਉਹਨਾਂ ਦਾ ਵੱਖਰਾ ਤੇ ਇਹਨਾਂ ਦਾ ਵੱਖਰਾ ਹੈ। ਜਿਹੜਾ ਆਖੇਗਾ ਉਹ ਮਾੜਾ ਉਹਨੂੰ ਉਹ ਵਾਲੇ ਬੁਰੇ ਕਹਿਣਗੇ, ਜਿਹੜਾ ਆਖੂ ਇਹ ਮਾੜਾ ਉਹਨੂੰ ਇਹ ਮਾੜੇ ਕਹਿਣਗੇ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ, ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਜਿਹਨੇ ਉਹਦੇ ਹੁਕਮ ਦੀ ਪਛਾਣ ਕਰ ਲਈ ਉਹਨੇ ਉਹਦਾ ਭੇਦ ਜਾਣ ਲਿਆ। ਹੁਕਮ ਦੀ ਪਛਾਣ ਹਿੰਦੂ ਕਰ ਲਏ, ਮੁਸਲਮਾਨ ਕਰ ਲਏ, ਸਿੱਖ ਕਰ ਲਏ, ਉਹਦਾ ਭੇਦ ਪ੍ਰਾਪਤ ਕਰ ਲਏਗਾ ਜੀ, ਉਹਦਾ ਭੇਦ ਪ੍ਰਾਪਤ ਕਰ ਲਏਗਾ। ਮਹਾਰਾਜ ਗਰੀਬ ਨਿਵਾਜ ਕਹਿੰਦੇ, ਸ਼੍ਰੀ ਪਰਮੇਸ਼ਰ ਏਕ ਹੈ ਝਗਰਤ ਦੋਏ ਬਤਾਏ। ਰੱਬ ਤਿੱਕੋ ਹੀ ਹੈ ਨਾ। ਜਹਾਂਗੀਰ ਦੀ ਨਿਸ਼ਾ ਹੋਈ, ਤਸੱਲੀ ਹੋਈ, ਪਰ ਜਹਾਂਗੀਰ ਜਿਹੜੀ ਗੱਲ ਕਹਾਉਣਾ ਚਾਹੁੰਦਾ ਸੀ ਨਾ, ਗੁਰੂ ਸਾਹਿਬ ਨੇ ਉਹ ਨਹੀਂ ਕਹੀ ਜੀ। ਬੈਠਿਆਂ ਬੈਠਿਆਂ ਸ਼ਾਮਾਂ ਪੈ ਗਈਆਂ, ਕਹਿੰਦਾ ਮੈਂ ਜਾਣਾ ਹੈ। ਮਹਾਰਾਜ ਕਹਿੰਦੇ ਠੀਕ ਹੈ, ਜਹਾਂਗੀਰ ਕੋਲੋਂ ਆਗਿਆ ਲੈ ਕੇ ਚੰਦੂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੇ ਘਰ ਲੈ ਗਿਆ ਜੀ। ਕੱਜ ਕੇ ਆਖੋ ਵਾਹਿਗੁਰੂ। ਚੰਦੂ ਦੇ ਦੋ ਘਰ ਸਨ, ਉਹ ਕਿਵੇਂ? ਇੱਕ ਘਰ 'ਚ ਰਿਹਾਇਸ਼ ਉਹਦੀ ਸੀਗੀ, ਇੱਕ ਉਹਦੀ ਪਰਾਂ ਹਵੇਲੀ ਸੀਗੀ ਜਿੱਥੇ ਉਹ ਸਜ਼ਾ ਦਿੰਦਾ ਹੁੰਦਾ ਸੀਗਾ ਮੁਜਰਮਾਂ ਨੂੰ। ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਹਵੇਲੀ ਵਿੱਚ ਲੈ ਗਿਆ ਜੀ। ਗੁਰੂ ਸਾਹਿਬ ਜੀ ਨੂੰ ਅੰਦਰ ਪਾ ਦਿੱਤਾ ਜੀ, ਪੰਜੇ ਸਿੱਖ ਬਾਹਰ ਦਰਵਾਜ਼ੇ 'ਤੇ ਬੰਨ ਦਿੱਤੇ ਜੀ। ਉਹ ਪੰਜ ਸਿੱਖ ਕਿਹੜੇ ਹੈ? ਬਾਬਾ ਬਿਧੀ ਚੰਦ ਜੀ, ਬਾਬਾ ਜੇਠਾ ਜੀ, ਬਾਬਾ ਲੰਘਾ ਜੀ, ਬਾਬਾ ਪੁਰਾਣਾ ਜੀ ਅਤੇ ਬਾਬਾ ਭੈੜਾ ਜੀ। ਪੰਜੇ ਸਿੱਖ ਬਾਹਰ ਦਰਵਾਜ਼ੇ 'ਤੇ ਬੰਨ ਦਿੱਤੇ। ਗੁਰੂ ਸਾਹਿਬ ਨੂੰ ਕਹਿੰਦਾ ਵੀ 2 ਲੱਖ ਰੁਪਈਆ ਦੰਡ ਹੈ, ਤੁਸੀਂ ਖੁਸਰੋ ਦੀ ਇਮਦਾਦ ਕੀਤੀ ਹੈ। ਇਹ ਤਾਂ ਆਮ ਬਣਾਈਆਂ ਇਹਦੀਆਂ ਗੱਲਾਂ ਸਨ। ਮੈਂ ਸਾਰਾ ਕੁਝ ਹੀ ਮੁਆਫ ਕਰਾ ਦਿਆਂਗਾ, ਕਿਉਂ? ਮੈਂ ਮੌਕੇ ਦਾ ਹਾਕਮ ਬੰਦਾ ਹੈ, ਮੇਰੇ ਹੱਥ ਵਿੱਚ ਤਾਕਤ ਹੈ। ਤੁਸੀਂ ਇੱਕ ਕੰਮ ਕਰੋ, ਮੇਰੀ ਬੱਚੀ ਦਾ ਰਿਸ਼ਤਾ ਵਾਪਸ ਲੈ ਲਓ। ਗੱਜ ਕੇ ਆਖੋ ਵਾਹਿਗੁਰੂ। ਕਥਾ ਆਪਾਂ ਸਿੱਧੀ ਆਰੰਭ ਕਰ ਦਿੱਤੀ ਸੀ, ਇਹ ਸਾਖੀ ਨਹੀਂ ਸੀ ਵਿੱਚ ਸੁਣਾਈ ਗਈ। ਚੰਦੂ ਦੇ ਘਰ ਵਿੱਚ ਬੱਚੀ ਪੈਦਾ ਹੋਈ ਜਿਹਦਾ ਨਾਮ ਰੱਖਿਆ ਸੀ ਸਦਾ ਕੌਰ, ਤੇ ਚੰਦੂ ਨੇ ਉਹਦਾ ਰਿਸ਼ਤਾ ਭੇਜਣ ਵਾਸਤੇ, ਰਿਸ਼ਤਾ ਲੱਭਣ ਵਾਸਤੇ ਲਾਗੀ ਭੇਜਿਆ। ਆਖਿਆ ਸਭ ਤੋਂ ਵਧੀਆ ਜਿਹੜਾ ਰਿਸ਼ਤਾ ਹੋਏਗਾ ਨਾ, ਉੱਥੇ ਰਿਸ਼ਤਾ ਜੋੜ ਕੇ ਆਉਣਾ। ਲਾਗੀ ਬੜੀ ਦੂਰ ਦੂਰ ਤੱਕ ਵਿਚਰਦਾ ਰਿਹਾ। ਜਦੋਂ ਦਰਬਾਰ ਸਾਹਿਬ ਆਇਆ ਨਾ ਜੀ, ਉਹਨੇ 6ਵੇਂ ਪਾਤਸ਼ਾਹ ਜੀ ਨੂੰ ਵੇਖਿਆ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਖੂਬਸੂਰਤ ਬਹੁਤ ਸਨ, ਉਹਨੇ ਮਹਾਰਾਜ ਨਾਲ ਰਿਸ਼ਤਾ ਜੋੜਤਾ। ਅਤੇ ਚੰਦੂ ਨੂੰ ਜਦੋਂ ਜਾ ਕੇ ਦੱਸਿਆ ਵੀ ਤੇਰੀ ਬੱਚੀ ਦਾ ਸੰਬੰਧ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪੁੱਤਰ ਹਰਗੋਬਿੰਦ ਜੀ ਨਾਲ ਜੋੜ ਦਿੱਤਾ ਹੈ, ਹਰਗੋਬਿੰਦ ਜੀ ਨਾਲ ਜੋੜ ਦਿੱਤਾ। ਅਤੇ ਸਾਧ ਸੰਗਤ, ਚੰਦੂ ਅੰਦਰ ਮਾਣ ਸੀ, ਹੰਕਾਰ ਸੀਗਾ। ਚੰਦੂ ਕਹਿਣ ਲੱਗਾ ਵੀ ਉਹ ਨੇ ਮੋਰੀ ਅਤੇ ਅਸੀਂ ਆ ਚਬਾਰੇ।
ਚਬਾਰੇ ਦੀ ਇੱਟ ਪੁੱਟ ਕੇ ਤੇ ਮੋਹਰੀ ਚਲਾ ਦਿੱਤੀ, ਭਾਵ ਆਪਣੇ ਆਪ ਨੂੰ ਵੱਡਾ ਸਮਝਿਆ ਜੀ। ਗੁਰੂ ਘਰ ਨੂੰ ਬੋਲੇ ਮਾੜੇ ਸ਼ਬਦ, ਉੱਥੇ ਬੈਠੇ ਸਨ ਗੁਰੂ ਜੀ ਦੇ ਸਿੱਖ। ਗੁਰੂ ਦੇ ਸਿੱਖਾਂ ਨੇ ਗੁਰੂ ਅਰਜਨ ਸਾਹਿਬ ਨੂੰ ਚਿੱਠੀ ਲਿਖੀ, ਸੱਚੇ ਪਾਤਸ਼ਾਹ ਚੰਦੂ ਇਹ ਬੋਲਿਆ ਅਤੇ ਚੰਦੂ ਦਾ ਦੀ ਕੁੜੀ ਦਾ ਰਿਸ਼ਤਾ ਨਹੀਂ ਲੈਣਾ, ਚੰਦੂ ਦੀ ਬੱਚੀ ਦਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਕੋਲ ਜਦੋਂ ਚਿੱਠੀ ਪਹੁੰਚੀ ਨਾ, ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਗਨ ਲਾਉਣ ਵਾਸਤੇ ਲਾਗੀ ਆਇਆ ਹੋਇਆ ਸੀਗਾ। ਚੰਦੂ ਕਹਿੰਦਾ ਤੂੰ ਕਰ ਤੇ ਦਿੱਤਾ, ਹੁਣ ਮੈਂ ਤੈਨੂੰ ਲਾਹ ਕੀ ਕਰਾਂ। ਆਸੇ ਪਾਸੇ ਗੱਲ ਪ੍ਰਸਿੱਧ ਹੋ ਗਈ ਵੀ ਚੰਦੂ ਦੀ ਬੱਚੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਸਾਹਿਬ ਦੇ ਪੁੱਤਰ ਹਰਗੋਬਿੰਦ ਜੀ ਨਾਲ ਜੋੜਿਆ ਗਿਆ। ਇਧਰੋਂ ਲਾਗੀ ਸ਼ਗਨ ਲਾਉਣ ਲੱਗਾ, ਉਧਰੋਂ ਦਿੱਲੀਓਂ ਚਿੱਠੀ ਆ ਗਈ ਜੀ। ਚਿੱਠੀ ਕੀ ਆਈ ਹੈ ਵੀ ਮਹਾਰਾਜ ਰਿਸ਼ਤਾ ਨਾ ਕਰਿਓ। ਜਿਹੜਾ ਸਿੱਖ ਚਿੱਠੀ ਲੈ ਕੇ ਆਇਆ ਨਾ, ਉਹ ਗੁਰੂ ਅਰਜਨ ਦੇਵ ਜੀ ਨੂੰ ਕਹਿੰਦਾ ਮਹਾਰਾਜ ਸਾਰੇ ਕੰਮ ਰੋਕ ਦਿਓ ਅਤੇ ਪਹਿਲਾਂ ਜਿਹੜੀ ਚਿੱਠੀ ਹੈ ਨਾ ਇਹ ਪੜ੍ਹ ਲਓ। ਜਦੋਂ ਮਹਾਰਾਜ ਉੱਠੇ ਨਾ ਜੀ ਚਿੱਠੀ ਪੜ੍ਹਨ ਵਾਸਤੇ, ਅਤੇ ਅਜੇ ਗੁਰੂ ਸਾਹਿਬ ਨੇ ਚਿੱਠੀ ਪੜ੍ਹਨੀ ਹੈ ਅਤੇ ਸੰਗਤ ਵਿੱਚ ਇੱਕ ਬ੍ਰਹਮ ਗਿਆਨੀ ਸਿੱਖ ਬੈਠਾ ਸੀਗਾ ਜੀ, ਜਿਹਨੂੰ ਸਾਰੀ ਗੱਲ ਦਾ ਪਤਾ ਸੀਗਾ, ਆਉਣ ਵਾਲੇ ਸਮੇਂ ਦਾ ਇਹ ਵੀ ਪਤਾ ਸੀ ਵੀ ਚਿੱਠੀ 'ਚ ਕੀ ਲਿਖਿਆ ਹੈ। ਮਹਾਰਾਜ ਚਿੱਠੀ ਪੜ੍ਹਨ ਜਾ ਰਹੇ ਹੈ ਅਤੇ ਬ੍ਰਹਮ ਗਿਆਨੀ ਗੁਰੂ ਕਾ ਸਿੱਖ ਦੱਸਦਾ ਹੈ ਕਿ ਕੁੱਤੇ ਨੇ ਚਿੱਠੀ 'ਚ ਕੀ ਲਿਖਿਆ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਚਿੱਠੀ 'ਤੇ ਲਿਖੀ ਸਿੱਖਾਂ ਨੇ, ਪਰ ਉਹਨੇ ਆਖਿਆ ਵੀ ਇਹ ਕੁੱਤਾ ਕੀ ਬੋਲਦਾ ਹੈ ਜਿਹੜਾ ਸਿੱਖਾਂ ਨੇ ਚਿੱਠੀ 'ਚ ਲਿਖਿਆ, ਇਹ ਕੁੱਤਾ ਕੀ ਬੋਲਦਾ ਹੈ, ਚੰਦੂ ਨੂੰ ਆਖਿਆ ਜੀ। ਗੁਰੂ ਸਾਹਿਬ ਚਿੱਠੀ ਪੜ੍ਹ ਕੇ ਸਿੱਖਾਂ ਨੂੰ ਦੱਸਿਆ ਵੀ ਇਹ ਰਿਸ਼ਤਾ ਸਾਨੂੰ ਮਨਜ਼ੂਰ ਨਹੀਂ ਹੈ, ਸੰਗਤ ਨੇ ਨਾਂਹ ਕਰ ਦਿੱਤੀ ਹੈ, ਇਸ ਕਰਕੇ ਇਹ ਰਿਸ਼ਤਾ ਅਸੀਂ ਮਨਜ਼ੂਰ ਨਹੀਂ ਕਰ ਸਕਦੇ, ਮਨਜ਼ੂਰ ਨਹੀਂ ਕਰ ਸਕਦੇ। ਹੁਣ ਉਹ ਲਾਗੀ ਜਾ ਕੇ ਚੰਦੂ ਨੂੰ ਕਹਿੰਦਾ ਵੀ ਚੰਦੂ ਤੈਨੂੰ ਭਰੀ ਸਭਾ 'ਚ ਗੁਰੂ ਅਰਜਨ ਦੇਵ ਜੀ ਨੇ ਕੁੱਤਾ ਆਖਿਆ। ਗੱਜ ਕੇ ਆਖੋ ਵਾਹਿਗੁਰੂ। ਚੰਦੂ ਨੇ ਉਸੇ ਦਿਨ ਤੋਂ ਮਨ 'ਚ ਠਾਣ ਲਏ ਵੀ ਹੁਣ ਕੁੱਤਾ ਬਣ ਕੇ ਉਹਨਾਂ ਦੇ ਮਗਰ ਪੈ ਜਾਣਾ ਮੈਂ, ਚੰਦੂ ਨੇ ਜੀ। ਤਾਂ ਮਹਾਰਾਜ ਨੇ ਬੜੇ ਸਖਤ ਬਚਨ ਕਰਨੇ ਆ, ਤੁਹਾਨੂੰ ਲੱਗ ਜਾਣਾ ਪਤਾ। ਚੰਦੂ ਉਸ ਦਿਨ ਤੋਂ ਖੁੰਦਕ ਵਿੱਚ ਸੀਗਾ ਵੀ ਮੇਰੀ ਬੱਚੀ ਦਾ ਰਿਸ਼ਤਾ ਗੁਰੂ ਅਰਜਨ ਸਾਹਿਬ ਲੈ ਲੈਣ ਅਤੇ ਮੈਂ ਸਾਰਾ ਹੀ ਮਾਮਲਾ ਰਫਾ ਦਫਾ ਕਰਾ ਦਿਆਂਗਾ। ਇਹ ਫਿਰ ਇਸ ਕਰਕੇ ਮਹਾਰਾਜ ਨੂੰ ਹਵੇਲੀ ਵਿੱਚ ਲੈ ਗਿਆ। ਰਾਤ ਸੱਚੇ ਪਾਤਸ਼ਾਹ ਹਵੇਲੀ ਵਿੱਚ ਰਹੇ। ਉਧਰੋਂ ਜਹਾਂਗੀਰ ਸਾਧ ਸੰਗਤ ਜੀ ਕਸ਼ਮੀਰ ਨੂੰ ਤੁਰ ਪਿਆ, ਮਹਾਰਾਜ ਇਹਦੀ ਹਵੇਲੀ ਵਿੱਚ ਰਹੇ। ਇਹਨੇ ਕਿਹਾ ਸੀ ਵੀ ਜੇ ਤੇ ਮੰਨ ਜਾਂਦੇ ਹੈ ਤਾਂ ਠੀਕ ਹੈ, ਨਹੀਂ ਤਾਂ ਫਿਰ ਮੈਂ ਆਪਣੇ ਤਰੀਕੇ ਅਨੁਸਾਰ ਸ਼ਹੀਦੀ ਕਰਾਂਗਾ। ਯਾਸਾ ਕਾਨੂੰਨ ਵਰਤਿਆ ਗਿਆ ਪਿਆਰਿਓ। ਯਾਸਾ ਕਾਨੂੰਨ ਪਤਾ ਕਿਹੜਾ ਕਾਨੂੰਨ ਹੈ, ਜਿਸ ਵਿੱਚ ਬੰਦੇ ਨੂੰ ਸ਼ਹੀਦ ਵੀ ਕਰਦੇ ਹੈ ਪਰ ਉਹਦੇ ਖੂਨ ਦਾ ਕਤਰਾ ਨਹੀਂ ਡਿੱਗਣ ਦਿੰਦੇ ਜੀ। ਇਹ ਕਾਨੂੰਨ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਸਤੇ ਵਰਤਿਆ ਗਿਆ। ਬਾਕੀ ਦਾਸ ਬੇਨਤੀ ਕਰੇ, ਸਤਿਗੁਰੂ ਜੀ ਦੀ ਕਥਾ ਸੁਣਨ ਲੱਗੇ ਹੋ ਪਿਆਰਿਓ, ਇਹਦੇ ਵਿੱਚ ਬਹੁਤ ਸਾਰੇ ਉਹ ਸ਼ਬਦ ਆਉਣੇ ਹੈ ਜਿਹੜੇ ਇੱਕ ਸਿੱਖ ਨੂੰ ਨਹੀਂ ਬੋਲਣੇ ਚਾਹੀਦੇ, ਚੰਦੂ ਨੇ ਬੋਲੇ ਆ ਜੀ। ਕਥਾ ਸੁਣਦਿਆਂ ਇਸ ਗੱਲ ਦਾ ਜਾਪ ਕਰੀ ਜਾਇਓ, ਗੁਰ ਅਰਜਨ ਪ੍ਰਤੱਖ ਹਰ, ਗੁਰ ਅਰਜਨ ਪ੍ਰਤੱਖ ਹਰ, ਗੁਰ ਅਰਜਨ ਪ੍ਰਤੱਖ ਹਰ। ਹਿਰਦੇ 'ਚ ਭਾਵਨਾ ਬੜੀ ਵੱਡੀ ਰੱਖਣੀ ਹੈ, ਭਾਵਨਾ ਬੜੀ ਵੱਡੀ ਰੱਖਣੀ ਹੈ। ਅਸੀਂ ਦਸਤਾਰਾਂ ਸਜਾਈਆਂ, ਗੁਰੂ ਕੇ ਬਾਣੇ ਪਹਿਨੇ ਨੇ, ਆਪਣੇ ਆਪ ਨੂੰ ਗੁਰੂ ਦੇ ਸਿੱਖ ਖਵਾਉਂਦੇ ਹਾਂ। ਪਿਆਰਿਓ ਸਾਡੀ ਸ਼ਰਧਾ ਸਾਈਂ ਮੀਆਂ ਮੀਰ ਜੀ ਤੋਂ ਵੱਧ ਚਾਹੀਦੀ ਹੈ। ਉਹਨਾਂ ਦਸਤਾਰ ਨਹੀਂ ਸਜਾਈ, ਉਹਨਾਂ ਗੁਰੂ ਕਾ ਬਾਣਾ ਨਹੀਂ ਪਹਿਨਿਆ, ਪਰ ਉਹ ਇਹ ਗੱਲ ਕਹਿੰਦੇ ਹੈ ਗੁਰੂ ਅਰਜਨ ਦੇਵ ਸਾਹਿਬ ਧਰਤੀ 'ਤੇ ਖੁਦਾ ਹੈ ਖੁਦਾ। ਆਓ ਹੁਣ ਅੱਜ ਦੇ ਦਿਨ ਜਿਹੜਾ ਦੁਸ਼ਟਾਂ ਨੇ ਕਾਰਾ ਵਰਤਾਇਆ ਉਹ ਪ੍ਰਸੰਗ ਆਪਾਂ ਸੁਣੀਏ।
ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੰਦੂ ਹਟਿਓ ਧੀਰ ਉਰ ਧਰਕੈ, ਦੁਸ਼ਟ ਭਨੇ ਮਹਿ ਚਿਤ ਕੋ ਧਰਕੈ। ਰੱਬ ਮਿਹਰ ਕਰੇ ਸੱਚੇ ਪਾਤਸ਼ਾਹ ਬਚਾ ਲਵੇ। ਕਈ ਵਾਰੀ ਬੰਦੇ ਦਾ ਬੋਲਿਆ ਹੋਇਆ ਇੱਕ ਬੋਲ ਹੀ ਉਹਨੂੰ ਲੈ ਬਹਿੰਦਾ ਜੀ। ਕਈ ਵਾਰੀ ਬੰਦੇ ਦਾ ਬੋਲਿਆ ਇੱਕ ਬੋਲ ਹੀ ਉਹਨੂੰ ਲੈ ਬਹਿੰਦਾ। ਚੰਦੂ ਨੂੰ ਉਹਦੀ ਜਿਹੜੀ ਦੁਰਗਤੀ ਹੋਣੀ ਹੈ ਇੱਕ ਬੋਲ ਨਹੀਂ ਲੈ ਬਹਿਣਾ, ਵਿੱਚ ਬਾਰੇ ਦੀ ਇੱਟ ਮੋਹਰੀ ਨੂੰ ਲਾ ਦਿੱਤੀ ਜੀ। ਗੁਰੂ ਘਰ ਨੂੰ ਮੋਹਰੀ ਆਖ ਦਿੱਤਾ। ਇਸ ਬਚਨ ਨੇ ਉਹਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ ਜੀ। ਵਿਨਾਸ਼ ਕਾਲੇ ਵਿਪਰੀਤ ਬੁੱਧੀ ਕੱਢ ਕੇ ਆਖੋ ਵਾਹਿਗੁਰੂ। ਪਿਆਰਿਓ, ਜਦੋਂ ਕਿਸੇ ਬੰਦੇ ਦਾ ਅੰਤ ਆਇਆ ਹੋਵੇ ਨਾ, ਉਹਦੀ ਪਛਾਣ ਪਤਾ ਕੀ ਹੈ? ਉਹਦੀ ਬੁੱਧੀ ਪੁੱਠੀ ਹੋ ਜਾਂਦੀ ਹੈ। ਉਹਦੀ ਬੁੱਧੀ ਪੁੱਠੀ ਹੋ ਜਾਂਦੀ ਹੈ। ਚੰਦੂ ਦੀ ਬੁੱਧੀ ਪੁੱਠੀ ਹੋ ਗਈ ਜੀ। ਬੜਾ ਦੁਸ਼ਟ ਪੁਣਾ ਕ੍ਰੋਧ ਧਾਰਨ ਕਰਕੇ ਤੇ ਸਤਿਗੁਰਾਂ ਦੇ ਸਾਹਮਣੇ ਆ ਬੈਠਾ ਜੀ। ਹਾਂਜੀ। ਸਭਨ ਚੜ੍ਹਾਏ ਮੂੜ ਤਹਿ ਆਇਓ, ਸਤਿਗੁਰ ਅਰਜਨ ਜਹ ਉਤਰ ਆਇਓ। ਜਿਸ ਹਵੇਲੀ ਵਿੱਚ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬੈਠੇ ਹੈ, ਦੁਸ਼ਟ ਪਾਪੀ ਉਸ ਹਵੇਲੀ ਵਿੱਚ ਆ ਗਿਆ। ਪੰਜ ਸਿੱਖ ਬਾਹਰ ਨੇ ਤੇ ਮਹਾਰਾਜ ਨੂੰ ਅੰਦਰ ਬਿਠਾਇਆ ਹੋਇਆ ਜੀ। ਹਾਂਜੀ। ਬੈਠਿਓ ਸਨਮੁਖ ਰਿਸ਼ਤੇ ਭਰਿਓ, ਸਤਿਗੁਰੂ ਜੀ ਦੇ ਸਾਹਮਣੇ ਬੜਾ ਕ੍ਰੋਧ ਹੈ ਇਹਦੇ ਹਿਰਦੇ 'ਚ ਤੇ ਮਹਾਰਾਜ ਦੇ ਸਾਹਮਣੇ ਬੈਠ ਗਿਆ ਜੀ। ਕਹਿਤ ਭਇਓ ਬਚ ਦੁੱਖ ਤੇ ਜਰਿਓ, ਤੇ ਕਹਿਤ ਭਇਓ ਬਚ ਦੁੱਖ ਤੇ ਜਰਿਓ। ਆਪਣੇ ਬਚਨਾਂ ਕਰਕੇ ਆਪਣੇ ਹਿਰਦੇ 'ਚ ਸੜਿਆ ਹੋਇਆ ਜਿਹੜਾ ਚੰਦੂ ਹੈ ਨਾ, ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗਾ। ਹਾਂਜੀ। ਮੋਰ ਸੁਤਾ ਕੀ ਮੋਰ ਸਗਾਈ, ਕਿਉਂ ਹੂੰ ਨਾ ਮਾਨੀ ਬਿਨੈ ਅਲਾਈ। ਕਹਿੰਦਾ ਤੁਸੀਂ ਮੇਰੀ ਬੱਚੀ ਦਾ ਰਿਸ਼ਤਾ ਮੋੜ ਦਿੱਤਾ, ਮੈਂ ਤੁਹਾਨੂੰ ਬੇਨਤੀ ਕੀਤੀ ਸੀ, ਤੁਸੀਂ ਕਿਉਂ ਨਹੀਂ ਮੰਨੀ? ਕਿਉਂ? ਇੱਕ ਵਾਰੀ ਜਿੱਥੇ ਬੱਚੀ ਦਾ ਰਿਸ਼ਤਾ ਟੁੱਟ ਜਾਵੇ ਮੁੜ ਜੁੜਦਾ ਨਹੀਂ ਸੀ ਹੁੰਦਾ ਜੀ, ਛੇਤੀ ਕੋਈ ਉਸ ਬੱਚੀ ਨਾਲ ਰਿਸ਼ਤਾ ਨਹੀਂ ਕਰਦਾ ਜੀ। ਚੰਦੂ ਨੂੰ ਚਿੰਤਾ ਪਈ ਸੀਗੀ ਜੀ, ਪਹਿਲਾਂ ਆਪ ਮਾੜਾ ਬੋਲਿਆ ਜੀ। ਗਏ ਹਾਂਜੀ। ਭੇਜੇ ਦੋਏ ਵਾਰ ਪੁਰ ਲਾਗੀ, ਮੈਂ ਦੋ ਵਾਰ ਲਾਗੀ ਭੇਜੇ ਕਹਿੰਦਾ ਤੁਹਾਡੇ ਕੋਲ। ਹਾਂਜੀ। ਅਤ ਚਿੰਤਾ ਚਿਤ ਹਮਰੇ ਲਾਗੀ, ਮੈਨੂੰ ਬੜੀ ਚਿੰਤਾ ਲੱਗੀ, ਬੜੇ ਗੁੱਸੇ ਚ ਆ ਕੇ ਬੋਲੇ ਸਤਿਗੁਰਾਂ ਨੂੰ। ਹਾਂਜੀ। ਲੇਨ ਸਾਕ ਤੋਂ ਰੱਖਿਓ ਇੱਕ ਥਾਈ, ਦਈ ਮੋਹੇ ਕੂਕਰ ਸਮਤਾਈ। ਕਹਿੰਦਾ ਸਾਕ ਲੈਣਾ ਤੇ ਇੱਕ ਪਾਸੇ, ਤੁਸੀਂ ਮੈਨੂੰ ਕੁੱਤੇ ਨਾਲ ਬਰਾਬਰਤਾਈ ਦਿੱਤੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਉਹ ਸਾਧ ਸੰਗਤ ਜੀ, ਮਹਾਰਾਜ ਨੇ ਤਾਂ ਕਿਹਾ ਨਹੀਂ ਸੀ, ਕਿਹਾ ਸੀ ਸਤਿਗੁਰਾਂ ਦੀ ਹਾਜ਼ਰੀ 'ਚ ਬ੍ਰਹਮ ਗਿਆਨੀ ਸਿੱਖ ਬੈਠਾ ਸੀਗਾ, ਉਹਨੇ ਕਿਹਾ ਸੀਗਾ ਸਾਧ ਸੰਗਤ ਜੀ। ਹਾਂਜੀ। ਅਬ ਲਓ ਕਛੂ ਨਾ ਬਿਗੜਿਓ ਸੁਪਨੇ, ਨਾਤਾ ਲਿਹੋ ਜਾਓ ਘਰ ਆਪਣੇ। ਕਹਿੰਦਾ ਵੀ ਅਜੇ ਕੁਛ ਵਿਗੜਿਆ ਨਹੀਂ, ਤੇ ਰਿਸ਼ਤਾ ਲੈ ਲਓ, ਕੁਛ ਨਹੀਂ ਵਿਗੜਿਆ, ਜਿੰਨੇ ਮਸਲੇ ਆ ਨਾ ਮੈਂ ਸਾਰੇ ਰਫਾ ਦਫਾ ਕਰ ਦਿਆਂਗਾ। ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਖੇਡ ਵਰਤਾਈ ਹੈ, ਉਂਝ ਕੀ ਹੈ ਗੁਰ ਅਰਜਨ ਪ੍ਰਤੱਖ ਹਰ। ਹਾਂਜੀ। ਅਬ ਲਓ ਕਛੂ ਨਾ ਬਿਗੜਿਓ ਸੁਪਨੇ, ਨਾਤਾ ਲਿਹੋ ਜਾਓ ਘਰ ਆਪਣੇ। ਨਤ ਕੂਕਰ ਭਾਖਿਓ ਜਿਮ ਜਾਬੈ, ਲੱਗੋ ਗੈਲ ਕੂਕਰ ਹੋਏ ਅਬੈ। ਕਹਿਣ ਲੱਗਾ ਵੀ ਫਿਰ ਵੇਖ ਲਓ, ਜੇ ਅਜੇ ਸਮਾਂ 'ਚ ਨਹੀਂ ਤੇ ਕੁੱਤਾ ਬਣ ਕੇ ਮਗਰ ਪੈ ਜਾਵਾਂਗਾ। ਕੁੱਤਾ ਬਣ ਕੇ, ਕਈ ਕੁੱਤੇ ਬੜੇ ਭੈੜੇ ਹੁੰਦੇ ਆ ਜੀ, ਮਗਰ ਪੈ ਜਾਣ ਤੇ ਜਾਨ ਹੀ ਨਹੀਂ ਛੱਡਦੇ ਬੰਦੇ। ਕੁੱਤਾ ਬਣ ਕੇ ਮਗਰ ਪੈ ਜਾਵਾਂਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਨਾ ਕਹਿਣ ਲੱਗੇ, ਫਿਰ ਚੇਤਾ ਰੱਖ, ਕਈ ਵਾਰੀ ਕੁੱਤੇ ਦੀ ਮੌਤ ਵੀ ਭੈੜੀ ਹੋ ਜਾਂਦੀ ਹੈ। ਜਦੋਂ ਸਤਿਗੁਰੂ ਨੇ ਇਹ ਬਚਨ ਕਰਤਾ, ਸਮਝੋ ਅਟਲ ਹੈ।
ਬਾਕੀ ਮਹਾਰਾਜ ਕਹਿੰਦੇ ਆ ਵੇਖ ਤੂੰ ਐ ਚਬਾਰਾ, ਅਸੀਂ ਆ ਮੋਹਰੀ, ਚਬਾਰੇ ਦਾ ਤੇ ਮੋਹਰੀ ਦਾ ਕੀ ਮੇਲ ਹੈ? ਮਹਾਰਾਜ ਕਹਿੰਦੇ ਆ ਇਸ ਕਰਕੇ ਰਿਸ਼ਤਾ ਨਹੀਂ ਹੋ ਸਕਦਾ, ਅਸੀਂ ਨਹੀਂ ਨਾ ਕੀਤੀ, ਗੁਰੂ ਨਾਨਕ ਦੇਵ ਜੀ ਦੀ ਸੰਗਤ ਨੇ ਨਾ ਕਰਤੀ ਹੈ, ਜੋ ਸੰਗਤ ਕਹਿਦੇ ਉਹਨੂੰ ਅਸੀਂ ਨਹੀਂ ਮੋੜਦੇ ਜੀ। ਇਹ ਗੱਲ ਸੋਚ ਕੇ ਕਈ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ, ਪਿਆਰਿਓ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਸੰਗਤ ਦੇ ਸਤਿਕਾਰ ਵਿੱਚ ਜੀ, ਜੋ ਸੰਗਤ ਨੇ ਕਹਿਤਾ ਸੋ ਕਹਿਤਾ। ਵੇਖ ਲਓ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਤੁਹਾਨੂੰ ਕਿੰਨਾ ਮਾਣ ਦਿੱਤਾ, ਸੱਚੇ ਪਾਤਸ਼ਾਹ ਜੀ ਨੇ ਜੀ ਕਿੰਨਾ ਮਾਣ ਦਿੱਤਾ ਜੀ। ਹਾਂਜੀ, ਕਹਿਓ ਨਾ ਕੂਕਰ ਜੇ ਤੈਂ ਲਹਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸੁਣ ਲਾ ਚੰਦੂ, ਅਸੀਂ ਆਪਣੀ ਜੀਭ ਨਾਲ ਤੈਨੂੰ ਕੂਕਰ ਨਹੀਂ ਸੀ ਕਿਹਾ, ਤੈਨੂੰ ਕੁੱਤਾ ਨਹੀਂ ਕਿਹਾ, ਪਰ ਤੂੰ ਮੰਨਦਾ ਹੀ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਫਿਰ ਸੁਣ ਲੈ। ਹਾਂਜੀ, ਜੇ ਨਾ ਕਹਿਓ ਤਾਂ ਪੀ ਅਬ ਕਹਿਓ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਨਹੀਂ ਕਿਹਾ ਤੇ ਫਿਰ ਹੁਣ ਸਮਝ ਲਾ। ਮਹਾਰਾਜ ਕਹਿੰਦੇ ਉਹ ਜੋ ਬਾਰ ਬਾਰ ਕਹਿੰਦਾ ਵੀ ਕੁੱਤਾ ਬਣ ਕੇ ਮਗਰ ਪੈ ਜਾਣਾ, ਕੁੱਤਾ ਬਣ ਕੇ ਮਗਰ ਪੈ ਜਾਣਾ। ਹਾਂਜੀ, ਸਿੱਖ ਨੇ ਕਹਿਓ ਹਮਹੋ ਤਹਿ ਤਦਾ, ਸਿੱਖ ਹਮ ਏਕ ਰੂਪ ਹੈ ਸਦਾ। ਸਿੱਖ ਨੇ ਜਿਹੜੀ ਗੱਲ ਕਹੀ ਸਮਝ ਅਸੀਂ ਕਹੀ ਹੈ, ਸਿੱਖ ਸਾਡਾ ਹੀ ਰੂਪ ਨੇ। ਮਹਾਰਾਜ ਕਹਿੰਦੇ ਇਸ ਕਰਕੇ ਜਿਹੜੀ ਗੱਲ ਸਿੱਖ ਨੇ ਕਹੀ ਹੈ ਉਹ ਸਮਝ ਲੈ ਅਸੀਂ ਕਹੀ ਹੈ। ਹਾਂਜੀ, ਸੁਣ ਮਨ ਜਰਿਓ ਜਰਿਓ ਨਹਿ ਬੈਨ, ਸੁਣ ਕੇ ਦੁਸ਼ਟ ਦਾ ਮਨ ਸੜ ਗਿਆ। ਹੰਕਾਰੀ ਨਿੰਦਕ ਦੁਸ਼ਟ ਬੰਦੇ ਸੜੇ ਹੀ ਹੁੰਦੇ ਹੈ ਅੰਦਰੋਂ ਜੀ, ਇਹਨਾਂ ਦੇ ਮਨ ਸੜਦੇ ਹੀ ਰਹਿੰਦੇ ਕਿਸੇ ਨਾ ਕਿਸੇ ਅੱਗ ਚ, ਗੱਜ ਕੇ ਆਖੋ ਵਾਹਿਗੁਰੂ। ਮਨ ਸੜ ਗਿਆ ਜੀ ਇਹਦਾ ਜੀ, ਤੇ ਜਰੀ ਨਹੀਂ ਗਈ ਮਹਾਰਾਜ ਦੀ ਗੱਲ ਜੀ। ਹਾਂਜੀ, ਕਰੂਰ ਪਸਾਰੇ ਲਾਲ ਜੇ ਨੈਣ, ਤੇ ਅੱਖਾਂ ਨਾ ਲਾਲ ਕਰਕੇ ਦੁਸ਼ਟ ਨੇ ਇਹ ਕੀਤਾ ਜੀ ਫਿਰ। ਹਾਂਜੀ, ਨਿਕਟ ਬੁਲਾਏ ਆਪਣੇ ਸਿਪਾਹੀ, ਆਪਣੇ ਸਿਪਾਹੀਆਂ ਨੂੰ ਇਸ ਦੁਸ਼ਟ ਨੇ ਫਿਰ ਨੇੜੇ ਸੱਦਿਆ ਜੀ। ਹਾਂਜੀ, ਜਲ ਭੋਜਨ ਪਹੁੰਚਣ ਦੇਹੋ ਨਾਹੀ, ਕਹਿੰਦਾ ਭਾਈ ਇਹ ਪਾਣੀ ਮੰਗਣ ਪਾਣੀ ਨਹੀਂ ਦੇਣਾ, ਭੋਜਨ ਮੰਗਣ ਭੋਜਨ ਨਹੀਂ ਦੇਣਾ। ਸੰਗਤ ਜੀ, ਜਿੰਨੀ ਗਰਮੀ ਪੈ ਰਹੀ ਹੈ ਪਾਣੀ ਤੋਂ ਬਗੈਰ ਗੁਜ਼ਾਰਾ ਨਹੀਂ ਹੈਗਾ ਜੀ। ਕਹਿਣ ਲੱਗਾ ਜੇ ਪਾਣੀ ਮੰਗਣ ਪਾਣੀ ਨਹੀਂ ਦੇਣਾ, ਭੋਜਨ ਮੰਗਣ ਇਹਨਾਂ ਨੂੰ ਭੋਜਨ ਨਹੀਂ ਦੇਣਾ। ਹਾਂਜੀ, ਜਬ ਲੱਗ ਹੈਗੀ ਤ੍ਰਿਖਾ ਮਹਾਨੀ, ਦੇ ਗਿਨ ਲਾਖ ਲਿਹੋ ਤਬ ਪਾਣੀ, ਜੇ ਕਿਤੇ ਕਹਿਣ ਵੀ ਜਲ ਛਕਾਓ ਤੇ ਫਿਰ ਕਹਿ ਦਿਓ ਵੀ ਲੱਖ ਰੁਪਈਆ ਦਿਓ ਤੇ ਫਿਰ ਪਾਣੀ ਪਿਆਵਾਂਗੇ। ਹਾਂਜੀ, ਵਿਆਕੁਲ ਹੋਏ ਸ਼ੁੱਧਤ ਬਹੁ ਜਬੈ, ਕਿੰਨਾ ਕੁ ਚਿਰ ਪਿਆਸੇ ਰਹਿ ਲੈਣਗੇ, ਪਿਆਸ ਤੇ ਲੱਗਣੀ ਹੈ ਨਾ ਇਹਨਾਂ ਨੂੰ, ਤੇ ਜਦੋਂ ਵਿਆਕੁਲ ਹੋ ਜਾਣਗੇ ਪਾਣੀ ਤੋਂ। ਹਾਂਜੀ, ਲਿਹੋ ਲਾਖ ਦੇਹੋ ਭੋਜਨ ਤਬੈ, ਫਿਰ ਇਹਨਾਂ ਨੂੰ ਅੰਨ ਪਾਣੀ ਦੇਣਾ ਹੈ, ਲੱਖ ਰੁਪਈਆ ਲੈ ਕੇ ਫਿਰ ਅੰਨ ਪਾਣੀ ਦੇਣਾ, ਉਹਨਾਂ ਚਿਰ ਨਹੀਂ ਦੇਣਾ। ਇਹ ਚੰਦੂ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਜੀ, ਮਹਾਰਾਜ ਸਾਹਮਣੇ ਬੈਠੇ ਅਡੋਲ ਚਿੱਤ ਜੀ। ਹਾਂਜੀ, ਨਿੰਦਰਾ ਤੇ ਜਬ ਸੁਪਤਨ ਚਹੈ, ਦੇਹੇ ਲਾਖ ਤਉ ਸੋਵਨ ਲਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਕਹਿੰਦਾ ਆਪਣੇ ਸਿਪਾਹੀਆਂ ਨੂੰ ਸੌਣ ਨਹੀਂ ਦੇਣਾ, ਸੌਣਗੇ ਹਿਲਾ ਦਿਓ, ਆਖਿਓ ਲੱਖ ਰੁਪਈਆ ਦਿਓ ਤਾਂ ਸੌਣ ਦੇਣਾ। ਇੱਕ ਪ੍ਰਕਾਰ ਨਾਲ ਬੰਦੇ ਨੂੰ ਤੰਗ ਕਰਨਾ ਜੀ। ਹਾਂਜੀ, ਇਸ ਕੇ ਮਨ ਮੈਂ ਹੈ ਅਤ ਹੰਕਾਰ, ਇਹ ਆਪਣੇ ਬਾਰੇ ਕਹਿ ਰਿਹਾ ਚੇ, ਗੱਜ ਕੇ ਆਖੋ। ਸਤਿਗੁਰੂ ਤੇ ਨਿਮਰਤਾ ਦੀ ਮੂਰਤ ਨੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ, ਸੱਚੇ ਪਾਤਸ਼ਾਹ ਬਹੁਤ ਵੱਡੇ ਹੈ, ਕਹਿਣ ਗੁਰੂ ਸਾਹਿਬ ਨੂੰ ਰਿਹਾ ਤੇ ਦੱਸ ਆਪਣੀ ਅਵਸਥਾ ਰਿਹਾ, ਕਹਿੰਦਾ ਇਹਦੇ ਮਨ ਚ ਹੰਕਾਰ ਬੜਾ ਹੈ, ਆਪਣੇ ਬਾਰੇ ਦੱਸ ਰਿਹਾ।
ਨਿਮਹਿ ਨਹੀਂ ਅਬ ਕਰੋ ਸੰਘਾਰ, ਕਹਿੰਦਾ ਨਿਭਦੇ ਨਹੀਂ ਹੈ, ਮੈਂ ਇਹਨਾਂ ਦਾ ਸੰਘਾਰ ਕਰ ਦੇਣਾ ਹੈ। ਦੁਸ਼ਟ ਮਾੜੀ ਬੋਲੀ ਬੋਲਦਾ ਸੱਚੇ ਪਾਤਸ਼ਾਹ ਜੀ ਨੂੰ। ਏਕ ਬਾਤ ਕੋ ਨਿਸ਼ਚੈ ਮਾਨ, ਕਹਿਣ ਲਿਹੋ ਨਾਤਾ ਕਹਿਣ ਦੇਹੋ ਪ੍ਰਾਨ, ਕਹਿੰਦਾ ਅਜੇ ਵੀ ਮੇਰੀ ਮੰਨ ਲਓ, ਜਾਂ ਤੇ ਨਾਤਾ ਲੈ ਲਓ ਤੇ ਜਾਂ ਪ੍ਰਾਣ ਦੇ ਦਿਓ, ਮੈਂ ਸਾਰਾ ਕੁਝ ਹੀ ਮਾਫ਼ ਕਰ ਦਿਆਂਗਾ, ਰਿਸ਼ਤਾ ਕਬੂਲ ਕਰ ਲਓ। ਇਹ ਆਪਣਾ ਮਕਸਦ ਕੱਢਣਾ ਚਾਹੁੰਦਾ ਸੀਗਾ ਜੀ। ਹਾਂਜੀ, ਸੁਣ ਸਤਿਗੁਰ ਤਬ ਬਾਕ ਅਲਾਵੈ। ਆਹ ਬਚਨ ਬੜਾ ਸੁਣਨ ਵਾਲਾ, ਆ ਜਿਹੜਾ ਬਚਨ ਹੈ ਨਾ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ, ਗੱਜ ਕੇ ਵਾਹਿਗੁਰੂ, ਫਿਰ ਕਹੋ। ਆਹ ਬਚਨ ਬੜਾ ਸੁਣਨ ਵਾਲਾ ਹੈ ਜੀ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਚੰਦੂ ਸਾਡੀ ਗੱਲ ਸੁਣ ਲੈ। ਹਾਂਜੀ, ਅਬ ਤੇ ਸੁਪਤ ਨਾ ਪੀਏ ਨਾ ਖਾਵੇ। ਮਹਾਰਾਜ ਕਹਿੰਦੇ ਸੁਣ ਲੈ ਚੰਦੂ, ਅੱਜ ਤੋਂ ਬਾਅਦ ਸਾਨੂੰ ਨੀਂਦ ਹੀ ਨਹੀਂ ਆਏਗੀ। ਮਹਾਰਾਜ ਕਹਿੰਦੇ ਜਿੰਨਾ ਚਿਰ ਤੱਕ ਸਾਡਾ ਸਰੀਰ ਹੈ ਸਾਨੂੰ ਜਲ ਦੀ ਜ਼ਰੂਰਤ ਨਹੀਂ ਰਹੇਗੀ। ਜਿੰਨਾ ਚਿਰ ਤੱਕ ਸਾਡਾ ਸਰੀਰ ਹੈ ਸਾਨੂੰ ਭੋਜਨ ਦੀ ਜ਼ਰੂਰਤ ਨਹੀਂ ਰਹੇਗੀ। ਚੰਦੂ ਸੌਵੇਂ ਉਹ ਜਿਹਨੂੰ ਨੀਂਦ ਆਵੇ, ਪਾਣੀ ਉਹ ਪੀਵੇ ਜਿਹਨੂੰ ਪਿਆਸ ਲੱਗੇ, ਭੋਜਨ ਉਹ ਛਕੇ ਜਿਹਨੂੰ ਭੁੱਖ ਲੱਗੇ। ਨਾ ਸਾਨੂੰ ਨੀਂਦ ਆਏਗੀ, ਨਾ ਪਿਆਸ ਲੱਗੇਗੀ, ਨਾ ਭੁੱਖ ਹੀ ਲੱਗੇਗੀ। ਮਹਾਰਾਜ ਕਹਿੰਦੇ ਸਤਿਗੁਰੂ ਸਰੀਰ ਨਹੀਂ ਹੈ ਨਾ, ਅਸੀਂ ਬੰਦੇ, ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੈ। ਕਿਉਂ ਗੋਰੇ ਅਰਜਨ ਪ੍ਰਤੱਖ ਹਰ, ਹਾਂਜੀ, ਬੈਠੇ ਰਹੇ ਇੱਕ ਹੀ ਥਾਨ, ਇੱਕ ਥਾਂ ਤੇ ਬੈਠੇ ਰਵਾਂਗੇ। ਮਹਾਰਾਜ ਕਹਿੰਦੇ ਥਾਂ ਵੀ ਨਹੀਂ ਬਦਲਾਂਗੇ ਆਪਣੀ। ਕਰਹੋ ਜਥਾ ਕਰਬੇ ਮਨ ਜਾਨ, ਜੋ ਤੂੰ ਕਰਨਾ। ਮਹਾਰਾਜ ਕਹਿੰਦੇ ਚੰਦੂ ਕਰ ਲੈ, ਪਰ ਅਸੀਂ ਨਾ ਪਾਣੀ ਪੀਵਾਂਗੇ ਨਾ ਪ੍ਰਸ਼ਾਦਾ ਛਕਾਂਗੇ। ਅਪਰ ਕਠੋਰ ਸੋ ਦੁਸ਼ਟ ਬਖਾਨਾ, ਕਰੇ ਸਿਪਾਹੀ ਗਨ ਸਾਵਧਾਨਾ। ਸਾਧ ਸੰਗਤ ਜੀ, ਕਠੋਰ ਬੰਦਾ ਆਪਣੇ ਸਿਪਾਹੀਆਂ ਨੂੰ ਸਾਵਧਾਨ ਕਰ ਗਿਆ, ਵੇਖਿਓ ਕਿਤੇ ਅੱਖ ਨਾ ਲਾ ਲੈਣ, ਕਿਤੇ ਖਾਣ ਪੀਣ ਨਾ ਕੁਝ। ਹਾਂਜੀ, ਖਰੇ ਰਹੋ ਰੱਖੋ ਤਕਰਾਈ, ਨਾਹੇ ਨਾ ਖਾਏ ਪੀਏ ਸੁਪਤਾਈ, ਪੰਜੋ ਸਿੱਖ ਪੌਰ ਮਜਾਰ। ਤੇ ਗੁਰੂ ਕੇ ਪੰਜੇ ਸਿੱਖ ਅੰਦਰ ਸੱਚੇ ਪਾਤਸ਼ਾਹ ਨੇ ਬਚਨ ਤੇ ਸੁਣਦੇ ਹੀ ਸਨ ਜੋ ਮਹਾਰਾਜ ਨੇ ਕੀਤੇ। ਪੰਜੇ ਸਿੱਖ ਨਾ ਦਰਵਾਜ਼ੇ ਦੇ ਵਿੱਚ ਬੰਨੇ ਹੋਏ ਸਨ ਜੀ। ਹਾਂਜੀ, ਕੈਦ ਕਰਹੋ ਰਿਸ ਰਿਨ ਕੋ ਡਾਰ, ਇਸਕੇ ਪਾਸ ਨਾ ਆਵਨ ਦੀਜੋ। ਕਹਿੰਦਾ ਭਾਈ ਇੱਕ ਗੱਲ ਚੇਤਾ ਰੱਖੋ, ਪੰਜਾਂ ਸਿੱਖਾਂ ਚੋਂ ਇੱਕ ਵੀ ਸਿੱਖ ਇਹਨਾਂ ਦੇ ਲਾਗੇ ਨਾ ਜਾਵੇ। ਹਾਂਜੀ, ਬਾਤ ਬਖਾਨ ਹੈ ਕੋਈ ਨਾ ਬੀਜੋ, ਕੋਈ ਗੱਲ ਨਾ ਕਰ ਸਕਣ। ਉਹਨਾਂ ਨੂੰ ਇਹ ਸੀ ਕਿਤੇ ਗੱਲ ਕੀਤਿਆਂ ਹੌਸਲਾ ਵੱਧ ਜਾਂਦਾ ਬੰਦੇ ਦਾ, ਇਹ ਕੰਮ ਵੀ ਨਾ ਹੋਵੇ। ਹਾਂਜੀ, ਰੱਖੋ ਇਕਾਕੀ ਇਹਾਂ ਬਿਠਾਏ, ਖਰੋ ਰਹੇ ਇੱਕ ਨਰ ਇਸ ਥਾਏ। ਇੱਕ ਬੰਦਾ ਇਹਨਾਂ ਦੇ ਕੋਲ ਹਮੇਸ਼ਾ ਖਲੋਤਾ ਰਵੇ, ਇਹਨਾਂ ਨੂੰ ਕੁਛ ਕਰਨ ਨਾ ਦਿਓ। ਹਾਂਜੀ, ਉੱਠਣੇ ਦੇਹੋ ਨਾ ਪੌੜਨ ਦੇਹੋ, ਨਾ ਉੱਠਣ ਦਿਓ ਨਾ ਲੰਮੇ ਪੈਣ ਦਿਓ। ਹਾਂਜੀ, ਬੋਲਣ ਦੇਹੋ ਨਾ ਦੇਖਣ ਦੇਹੋ, ਸਿੱਖਾਂ ਨਾਲ ਗੱਲ ਨਾ ਕਰਨ ਦਿਓ ਤੇ ਸਿੱਖਾਂ ਵੱਲ ਵੇਖਣ ਵੀ ਨਾ ਦਿਓ। ਗੱਜ ਕੇ ਆਖੋ ਵਾਹਿਗੁਰੂ। ਪਰ ਇਹ ਨਹੀਂ ਪਤਾ ਵੀ ਉਹ ਸਿੱਖਾਂ ਦੇ ਮਨ ਮਹਾਰਾਜ ਨਾਲ ਮਿਲੇ ਹੈ, ਮਨੋ ਮਨੋ ਹੀ ਗੱਲਾਂ ਕਰੀ ਜਾਂਦੇ ਗੁਰੂ ਦੇ ਪਿਆਰੇ। ਹਾਂਜੀ, ਇਮ ਕਹਿ ਸਦਨ ਬਰਿਓ ਨਿਜ ਜਾਏ, ਮਹਾ ਦੁਸ਼ਟ ਬੜ ਖੋਟ ਉਪਾਏ। ਬੜਾ ਦੁਸ਼ਟ ਵੱਡੀ ਖੋਟ ਰੱਖ ਕੇ ਮਨ ਵਿੱਚ ਪਿਆਰਿਓ, ਇਹ ਕਹਿ ਕੇ ਆਪਣੇ ਘਰ ਚਲਾ ਗਿਆ। ਸੋਚਦਾ ਸੀ ਭੁੱਖ ਪਿਆਸ ਨਾਲ ਗੁਰੂ ਜੀ ਵਿਆਕੁਲ ਹੋਣਗੇ ਅਤੇ ਮੇਰੇ ਅੱਗੇ ਹਾਰ ਮੰਨ ਜਾਣਗੇ ਜੀ, ਹਾਰ ਮੰਨ ਜਾਣਗੇ। ਸਭ ਤੋਂ ਵੱਡੀ ਇਹੋ ਹੀ ਕੰਮ ਹੈ ਜੀ, ਪਹਿਲਾਂ ਬੰਦਾ ਇਹਦੇ ਤੋਂ ਆਤਰ ਹੋਵੇ, ਹੱਥ ਖੜ੍ਹੇ ਕਰ ਜਾਂਦਾ ਬੰਦਾ ਜੀ। ਇਹ ਵੀ ਇੱਕ ਤਸੀਹਾ ਸੀ, ਪਿਆਸੇ ਰੱਖਣਾ, ਸਤਿਗੁਰਾਂ ਨੂੰ ਭੁੱਖੇ ਰੱਖਣਾ।
ਇਹ ਨਹੀਂ ਪਤਾ ਨਾ ਉਹਨਾਂ ਨੂੰ ਨੀਂਦ ਹੀ ਲੱਗਦੀ ਅਤੇ ਨਾ ਭੁੱਖ ਹੀ ਲੱਗਦੀ। ਮਹਾਰਾਜ ਕਹਿੰਦੇ ਸੌਵੇ ਉਹ ਜਿਹਨੂੰ ਨੀਂਦ ਆਵੇ, ਖਾਵੇ ਉਹ ਜਿਹਨੂੰ ਭੁੱਖ ਲੱਗਦੀ ਹੋਵੇ। ਸੋ ਦਿਨ ਬੀਤ ਗਏ ਨਿਸ ਬੀਤੇ, ਉਹ ਸਾਰਾ ਦਿਨ ਜਿਹੜਾ ਕੱਲ ਲੰਘ ਚੁੱਕਾ, ਖਾਣ ਪਾਣ ਬਿਨ ਸਤਿਗੁਰ ਰੀਤੇ, ਬਿਨਾਂ ਜਲ ਪਾਣੀ ਛਕਿਆਂ ਬਤੀਤ ਹੋ ਗਿਆ ਜੀ ਸਾਰਾ ਦਿਨ। ਮਹਾਰਾਜ ਬੈਠੇ ਰਹੇ ਸ਼ਾਂਤੀ ਦੇ ਨਾਲ, ਜਲ ਦੀ ਬੂੰਦ ਵੀ ਸਤਿਗੁਰਾਂ ਨੇ ਮੁੱਖ ਨੂੰ ਨਹੀਂ ਲਾਈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਾਡੇ ਸਾਹਮਣੇ ਮਹਾਰਾਜ ਇਸ ਤਰ੍ਹਾਂ ਬੈਠੇ ਹੋਣ ਪਿਆਰੇ, ਉਹ ਬੜਾ ਬੈਰਾਗ ਆਉਂਦਾ ਹੈ। ਅਤੇ ਬਾਬਾ ਵਿਧੀ ਚੰਦ ਹੋਣੀ ਸਾਰੇ ਸਿੱਖ ਮਹਾਰਾਜ ਇਸ ਤਰ੍ਹਾਂ ਬੈਠੇ, ਵਸ ਨਹੀਂ ਚੱਲ ਰਿਹਾ ਜੀ ਉਹਨਾਂ ਦਾ, ਜੀ ਵਸ ਨਹੀਂ ਚੱਲ ਰਿਹਾ। ਹਾਂਜੀ, ਸਿੱਖਨ ਮਹਿ ਰੌਰਾ ਪਰ ਗਯੂ, ਉਧਰੋਂ ਸ਼ਾਮ ਪਈ ਲਾਹੌਰ 'ਚ ਰੌਲਾ ਪੈ ਗਿਆ ਵੀ ਕੱਲ੍ਹ ਦੇ ਮਹਾਰਾਜ ਬਾਦਸ਼ਾਹ ਨੂੰ ਮਿਲਣ ਗਏ ਹੈ, ਕਿੱਥੇ ਚਲੇ ਗਏ ਹੈ, ਕੋਈ ਅਤਾ ਪਤਾ ਹੀ ਨਹੀਂ ਲੱਗਾ ਸੱਚੇ ਪਾਤਸ਼ਾਹ ਦਾ। ਹਾਂਜੀ, ਗੁਰ ਕਿਤ ਗਏ ਨਾ ਸੁਧ ਕੋ ਪਾਯੂ, ਗੁਰੂ ਸਾਹਿਬ ਕਿੱਥੇ ਚਲੇ ਗਏ ਹੈ। ਲਾਹੌਰ ਦੇ ਸਿੱਖ ਤੁਰੇ ਫਿਰਦੇ ਹੈ, ਲੱਭਦੇ ਫਿਰਦੇ ਹੈ ਵੀ ਸੱਚੀ ਸਰਕਾਰ ਗੁਰੂ ਅਰਜਨ ਦੇਵ ਸਾਹਿਬ ਕਿਸ ਪਾਸੇ ਨੇ ਮਹਾਰਾਜ ਗਏ। ਇਤ ਉਤ ਨਗਰ ਬਿਖੈ ਫਿਰ ਹੇਰੈ, ਬਿਖੈ ਧਰਮ ਸਾਲ ਲਾਦ ਕਨੇਰੈ, ਧਰਮਸ਼ਾਲਾ ਵਿੱਚ ਗਏ ਹੈ ਭਾਈ ਮਹਾਰਾਜ। ਗੁਰੂ ਅਰਜਨ ਸਾਹਿਬ ਆਏ ਹੈ, ਅਹੇ ਜੀ ਨਹੀਂ ਆਏ। ਇੱਕ ਰਾਤ ਇੱਕ ਦਿਨ ਅਤੇ ਅਗਲੀ ਰਾਤ ਪੈ ਗਈ ਹੈ, ਮਹਾਰਾਜ ਪਤਾ ਹੀ ਨਹੀਂ ਹੈ ਕਿੱਥੇ ਚਲੇ ਗਏ ਹੈ। ਸਿੱਖ ਬਾਜ਼ਾਰਾਂ ਵਿੱਚ ਤੁਰੇ ਫਿਰਦੇ ਹੈ, ਲੱਭ ਰਹੇ ਹੈ ਗੁਰੂ ਅਰਜਨ ਸਾਹਿਬ ਨੂੰ। ਚੰਦੂ ਨੇ ਹਵੇਲੀ ਦਾ ਦਰਵਾਜ਼ਾ ਬੰਦ ਕਰਕੇ ਕਿਹਾ ਵੀ ਕਿਸੇ ਨੂੰ ਆਉਣ ਨਹੀਂ ਦੇਣਾ ਅੰਦਰ। ਹਾਂਜੀ, ਸਿੱਖਨ ਕੇ ਘਰ ਸਿੱਖ ਫਿਰਨ ਤੇ, ਸਿੱਖਾਂ ਦੇ ਘਰ 'ਚ ਸਿੱਖ ਤੁਰੇ ਫਿਰਦੇ ਹੈ ਇੱਕ ਦੂਜੇ ਦੇ। ਭਾਈ ਤੇਰੇ ਘਰ ਵਿੱਚ ਸੱਚੇ ਪਾਤਸ਼ਾਹ ਆਏ, ਉਹ ਕਹਿੰਦਾ ਨਹੀਂ ਭਾਈ ਲੱਭੀਏ। ਸਿੱਖ ਲਾਹੌਰ ਵਿੱਚ ਲੱਭਦੇ ਹੈ ਸੱਚੀ ਸਰਕਾਰ ਕਿੱਥੇ ਗਏ ਨੇ। ਕਿਤ ਸਤਿਗੁਰ ਉਤਰੇ ਗੁਣਵੰਤੇ, ਗਏ ਸ਼ਾਹ ਢਿੱਗ ਬਹੁਰ ਨਾ ਆਏ, ਕਿਧੋਂ ਸੁਧਾ ਸਰ ਕੋ ਗਮਨਾਏ। ਕਿਤੇ ਮਹਾਰਾਜ ਅੰਮ੍ਰਿਤਸਰ ਚਲੇ ਗਏ ਹੈ, ਸੱਚੇ ਪਾਤਸ਼ਾਹ ਬਾਦਸ਼ਾਹ ਨੂੰ ਮਿਲ ਕੇ ਸਿੱਧਾ ਅੰਮ੍ਰਿਤਸਰ ਚਲੇ ਗਏ ਹੋਣ, ਕਿਹਦੇ ਘਰ 'ਚ ਉਤਾਰਾ ਕੀਤਾ। ਸਿੱਖ ਬੈਰਾਗੀ ਵੀ ਹੁੰਦੇ ਹੈ ਵੀ ਮਾਹੌਲ ਨਹੀਂ ਠੀਕ ਹੈਗਾ, ਬਾਦਸ਼ਾਹ ਨੇ ਸੁਣਿਆ ਪੈਸੇ ਮੰਗੇ ਸਨ। ਹਾਂਜੀ, ਫਿਰਤ ਫਿਰਤ ਸਰਕਾਰੀ ਲੋਕ, ਬੁੱਝਣ ਕੀਨੇ ਸੋ ਅਵਲੋਕ। ਸਰਕਾਰੀ ਲੋਕਾਂ ਨੂੰ ਪੁੱਛਿਆ ਭਾਈ ਕੋਈ ਤੁਹਾਨੂੰ ਪਤਾ ਮਹਾਰਾਜ ਬਾਰੇ, ਗੁਰੂ ਅਰਜਨ ਸਾਹਿਬ ਕਿਸ ਪਾਸੇ ਗਏ। ਤਿੰਨ ਤੇ ਸੁਣ ਗਨ ਸਿੱਖਣ ਪਾਏ, ਚੰਦੂ ਕੇ ਨਰ ਸੰਗ ਸਿਧਾਏ, ਤਿਸਕੇ ਸਦਨ ਪ੍ਰਵੇਸ਼ਤ ਹੇਰੇ, ਤਿਮਰ ਭਏ ਪਹੁੰਚੇ ਤਿਸ ਬੇਰੇ। ਉਹਨਾਂ ਬੰਦਿਆਂ ਨੇ ਫਿਰ ਦੱਸਿਆ ਸਿੱਖਾਂ ਨੂੰ, ਕਹਿੰਦੇ ਅਸੀਂ ਵੇਖੇ ਸੀ ਸਤਿਗੁਰੂ, ਅਖੀਰਲੇ ਸਮੇਂ ਅਸੀਂ ਚੰਦੂ ਦੇ ਨਾਲ ਵੇਖੇ ਸਨ, ਮਹਾਰਾਜ ਚੰਦੂ ਦੀ ਹਵੇਲੀ ਵਿੱਚ ਗਏ ਸਨ ਸੱਚੇ ਪਾਤਸ਼ਾਹ। ਅਖੀਰਲੇ ਸਮੇਂ ਅਸੀਂ ਬਸ ਇੰਨੇ ਕੀ ਦਰਸ਼ਨ ਕੀਤੇ ਸਨ, ਚੰਦੂ ਅੱਗੇ ਅੱਗੇ ਸੀ, ਸਿਪਾਹੀ ਪਿੱਛੇ ਪਿੱਛੇ, ਵਿਚਕਾਰ ਸਤਿਗੁਰੂ ਸਨ ਗੁਰੂ ਅਰਜਨ ਦੇਵ ਜੀ, ਅਤੇ ਅੰਦਰ ਲੈ ਕੇ ਗਏ ਸਨ ਮਹਾਰਾਜ ਨੂੰ। ਹਾਂਜੀ, ਪ੍ਰੇਮੀ ਸਿੱਖ ਤਹਾਂ ਕੋ ਗਏ, ਪ੍ਰੇਮੀ ਸਿੱਖ ਜਿਹੜੇ ਸਨ ਉਹ ਛੇਤੀ ਨਾਲ ਚੰਦੂ ਦੀ ਹਵੇਲੀ ਵਾਲੇ ਪਾਸੇ ਦੌੜ ਕੇ ਗਏ, ਭਾਈ ਪਤਾ ਲੱਗਾ। ਦੀਏ ਕੀ ਵਾਰ ਬਿਲੋਕਤ ਭਏ, ਅੰਤਰ ਸਿੱਖ ਪਠਤ ਇੱਕ ਬਾਣੀ, ਗੁਰ ਇਹਠਾਂ ਹੈ ਤਬ ਸੁਧ ਜਾਨੀ। ਉਹ ਗੱਲ ਕਰਦੇ ਆ, ਕਹਿੰਦੇ ਆ ਵੀ ਅੰਦਰੋਂ ਬਾਣੀ ਪੜ੍ਹਨ ਦੀ ਆਵਾਜ਼ ਆਉਂਦੀ ਹੈ, ਕਿਉਂ ਦਰਵਾਜ਼ੇ 'ਚ ਸਿੱਖ ਬੈਠੇ ਹੈ, ਸਿੱਖ ਬਾਣੀ ਦਾ ਪਾਠ ਕਰਦੇ ਹੈ, ਰਾਤ ਦਾ ਸਮਾਂ ਹੈ, ਬਾਹਰ ਵੀ ਸਿੱਖ ਤੁਰੇ ਫਿਰਦੇ ਵੀ ਹੋ ਸਕਦਾ ਇਹਦੇ ਅੰਦਰ ਨੇ ਮਹਾਰਾਜ,
ਤੇ ਪਹਿਲਾਂ ਤੇ ਯਕੀਨ ਨਹੀਂ ਸੀ ਹੁੰਦਾ, ਪਰ ਜਦੋਂ ਅੰਦਰੋਂ ਬਾਣੀ ਦੀਆਂ ਆਵਾਜ਼ਾਂ ਆਉਣ ਨਾ ਜੀ, ਫਿਰ ਸੰਗਤਾਂ ਨੂੰ ਯਕੀਨ ਹੋ ਗਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਚੰਦੂ ਦੇ ਘਰ ਵਿੱਚ ਹੀ ਨੇ। ਹਾਂਜੀ, ਚਿਰਕਨ ਕਰੇ ਸਿਪਾਹੀ ਤੌਣ, ਸਿੱਖ ਬਾਣੀ ਪੜ੍ਹਦੇ ਆ ਤੇ ਚੰਦੂ ਦੇ ਸਿਪਾਹੀ ਨਾ ਬਰਸ਼ੇ ਮਾਰਦੇ ਆ ਭਾਈ ਪੈੜਾ ਜੀ ਹੋਣਾ ਨੂੰ ਵੀ ਚੁੱਪ ਕਰਕੇ ਬੈਠੋ, ਤੁਸੀਂ ਕੀ ਉੱਚੀ ਉੱਚੀ ਬੋਲੀ ਜਾਂਦੇ ਹੋ। ਹਾਂਜੀ, ਕਿਆ ਤੂੰ ਬਕ ਹੈ ਬੈਠ ਧਰਮੌਨ, ਤੁਸੀਂ ਕੀ ਬੋਲਣ ਦਏ ਹੋ, ਚੁੱਪ ਕਰਕੇ ਬੈਠੇ ਰਹੋ। ਇਹ ਗੱਲਾਂ ਬਾਹਰ ਦਰਵਾਜ਼ੇ ਦੇ ਬਾਹਰ ਖਲੋਤੇ ਸਿੱਖ ਸੁਣ ਰਹੇ ਹੈ। ਹਾਂਜੀ, ਵਹਿਰ ਖਰੇ ਪਿਖ ਦੀਏ ਹਟਾਈ, ਖਰੇ ਨਾ ਹੋਵੋ ਜਾਓ ਨਿਜ ਥਾਈ। ਉਧਰੋਂ ਬਾਹਰੋਂ ਵੀ ਸਿਪਾਹੀ ਆ ਗਏ ਘੁੰਮਦੇ ਘੁੰਮਦੇ ਪਹਿਰਾ ਦਿੰਦੇ, ਉਹ ਗੁਰੂ ਕੇ ਸਿੱਖਾਂ ਨੂੰ ਕਹਿੰਦੇ ਵੀ ਤੁਸੀਂ ਬਾਹਰ ਕੀ ਕਰਦੇ ਹੋ ਇੱਥੇ, ਚਲੋ ਆਪਣੇ ਆਪਣੇ ਘਰ ਵਿੱਚ। ਡਰੇ ਦੁਸ਼ਟ ਤੇ ਟਰ ਕਰ ਗਏ, ਡਰੇ ਆਮ ਲੋਕ ਗੁਰੂ ਕੇ ਸਿੱਖ ਚਲੇ ਤੇ ਗਏ, ਪਰ ਅੰਦਾਜ਼ਾ ਲੱਗ ਗਿਆ ਵੀ ਗੁਰੂ ਅਰਜਨ ਦੇਵ ਜੀ ਚੰਦੂ ਦੇ ਘਰ ਵਿੱਚ ਹੀ ਨੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਸੁਧ ਆਪਸ ਮੈਂ ਕਰਤੇ ਪਏ, ਬਹੁਤ ਬਸੂਰਤ ਚੱਲੇ ਨਾ ਚਾਰਾ। ਹੁਣ ਝੂਰਦੇ ਆ ਪਰ ਵਸ ਨਹੀਂ ਚੱਲਦਾ, ਚੰਦੂ ਦੀ ਪਹੁੰਚ ਬਹੁਤ ਹੈ। ਹਾਂਜੀ, ਭੈ ਤੇ ਕਰਹਿ ਨਾ ਊਚ ਉਚਾਰਾ, ਡਰਦੇ ਉੱਚੀ ਗੱਲ ਵੀ ਨਹੀਂ ਕਰਦੇ ਵੀ ਮਹਾਰਾਜ ਚੰਦੂ ਦੇ ਘਰ ਵਿੱਚ ਕਿਤੇ ਚੰਦੂ ਸਾਨੂੰ ਹੀ ਨਾ ਮਾਰ ਦੇਵੇ, ਚੰਦੂ ਤੋਂ ਡਰਦੇ ਨੇ ਸਾਰੇ। ਹਾਂਜੀ, ਪੁੰਨ ਚੰਦੂ ਗਮਨਿਓ ਗੁਰ ਤੀਰ, ਨਿਠੁਰ ਸੁਣਾਏ ਕਹਿਓ ਕਹਿ ਪੀਰ। ਅਗਲਾ ਦਿਨ ਚੜਿਆ ਤੇ ਪਿਆਰਿਓ ਚੰਦੂ ਫਿਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ ਆਇਆ। ਹਾਂਜੀ, ਅਬ ਬੀਮਾਨ ਸੁਤਾ ਕੋ ਨਾਤਾ, ਕਹਿੰਦਾ ਵੇਖ ਲਓ ਅਜੇ ਵੀ ਸਮਾਂ ਚ ਮੇਰੀ ਗੱਲ ਮੰਨ ਜਾਓ। ਹਾਂਜੀ, ਨਾਹੇ ਤਾਂ ਪ੍ਰਾਨ ਹੋਹੇ ਗੇ ਘਾਤਾ, ਨਹੀਂ ਤੇ ਮੈਂ ਮਰਵਾ ਦਿਆਂਗਾ ਤੁਹਾਨੂੰ। ਹਾਂਜੀ, ਜੀਵਤ ਨਹਿ ਤਿਆਗਿਓ ਅਬ ਤੋਹੀ, ਬਹੁ ਦਿਨ ਕੀ ਚਿੰਤਾ ਲੱਗ ਮੋਹੀ, ਦਿਓ ਕਸ਼ਟ ਪਤ ਸਭ ਮੈਂ ਖੋਈ, ਅਬ ਲਓ ਤਰਾਸ ਭਇਓ ਨਹਿ ਕੋਈ। ਮੈਨੂੰ ਕੋਈ ਚਿੰਤਾ ਨਹੀਂ ਹੈ, ਕਹਿੰਦਾ ਮੈਨੂੰ ਕੋਈ ਚਿੰਤਾ ਨਹੀਂ ਹੈ, ਮੇਰੀ ਤੇ ਬੇਇੱਜ਼ਤੀ ਹੋਈ ਹੋਈ ਹੈ, ਮੇਰੀ ਬੱਚੀ ਦਾ ਰਿਸ਼ਤਾ ਮੋੜਿਆ ਗਿਆ, ਪਰ ਜੇ ਨਾ ਮੰਨੇ ਤੁਸੀਂ ਗੱਲ ਤੇ ਫਿਰ ਵੇਖਿਓ। ਮਹਾਰਾਜ ਨੇ ਕੋਈ ਜਵਾਬ ਨਹੀਂ ਦਿੱਤਾ। ਗੱਜ ਕੇ ਆਖੋ ਵਾਹਿਗੁਰੂ। ਜਵਾਬ ਮਹਾਰਾਜ ਨੇ ਇੱਕ ਵਾਰੀ ਆਪਣਾ ਦੇ ਦਿੱਤਾ ਜੀ, ਬਾਰ ਬਾਰ ਸਿਆਣੇ ਲੋਕ ਨਹੀਂ ਇੱਕ ਗੱਲ ਨੂੰ ਦੁਹਰਾਉਂਦੇ, ਮਹਾਰਾਜ ਨੇ ਇੱਕ ਵਾਰੀ ਜਵਾਬ ਦੇ ਦਿੱਤਾ ਸੀ ਆਪਣਾ। ਹਾਂਜੀ, ਆਨੋ ਅਗਨ ਤਪਾਵੋ ਨੀਰ, ਫਿਰ ਇਸ ਦੁਸ਼ਟ ਨੇ ਆਖਿਆ। ਇਹ ਸਾਧ ਸੰਗਤ ਜੀ ਅੱਜ ਦੇ ਦਿਨ ਦਾ ਇਤਿਹਾਸ ਹੈ, ਅੱਜ ਦੇ ਦਿਨ ਦਾ ਮਹਾਰਾਜ ਦੇ ਸਰੀਰ ਤਿਆਗਣ ਤੋਂ ਤੀਜੇ ਦਿਨ ਦਾ। ਕਹਿੰਦਾ ਫਿਰ ਭਾਈ ਸਿਪਾਹੀਓ ਜਾਓ, ਵੱਡੀ ਦੇਗ ਲੈ ਕੇ ਆਓ ਜਿਹਦੇ ਵਿੱਚ ਬੰਦਾ ਚੌਂਕੜੀ ਮਾਰ ਕੇ ਬਹਿ ਸਕੇ, ਉਹਦੇ ਵਿੱਚ ਪਾਣੀ ਨੂੰ ਉਬਾਲੋ। ਕਹਿੰਦਾ ਹਾਂਜੀ, ਬੀਚ ਬਿਠਾਵੋ ਤਪਤ ਸਰੀਰ, ਕਹਿੰਦਾ ਵੇਖ ਲਓ ਉਸ ਉਬਲਦੇ ਪਾਣੀ ਵਿੱਚ ਤੁਹਾਨੂੰ ਬਿਠਾਵਾਂਗਾ, ਸਰੀਰ ਤਪੇਗਾ ਤੁਹਾਡਾ। ਮੈਂ ਜਿਮ ਤਪਤਿਓ ਦਿਨ ਅਰ ਰਾਤੀ, ਵੇਖ ਲਓ ਈਰ ਖਾਲੂ ਬੰਦੇ ਤਪਦੇ ਹੀ ਰਹਿੰਦੇ ਆ। ਗੱਜ ਕੇ ਆਖੋ ਵਾਹਿਗੁਰੂ। ਪਿਆਰਿਓ ਈਰਖਾ ਅੱਗ ਤੇ ਅੱਗ, ਤੇ ਵਾਹਿਗੁਰੂ ਕਿਰਪਾ ਕਰੇ ਕਿਸੇ ਦੇ ਹਿਰਦੇ ਚ ਅੱਗ ਨਾ ਲੱਗ ਜਾਵੇ ਕਿਤੇ ਜੀ। ਕਹਿੰਦਾ ਜਿਵੇਂ ਮੈਂ ਤਪ ਰਿਹਾ ਨਾ ਦਿਨ ਰਾਤ। ਹਾਂਜੀ, ਮਹਾ ਕਸ਼ਟ ਤੇ ਸੁਲਗਤ ਛਾਤੀ, ਮੇਰੀ ਛਾਤੀ ਵੀ ਸੁਲਗਦੀ ਰਹਿੰਦੀ ਹੈ, ਮੈਂ ਵੀ ਸੜਦਾ ਰਹਿੰਦਾ। ਕਹਿੰਦਾ ਹਾਂਜੀ, ਤਿਮ ਤਪਤਾਵੋ ਬਿਲਮ ਨਾ ਲਾਵੋ, ਇਸੇ ਤਰ੍ਹਾਂ ਮੈਂ ਤੰਗ ਕਰਾਂਗਾ ਤੁਹਾਨੂੰ, ਮੈਂ ਗਰਮ ਕਰਾਂਗਾ ਤੁਹਾਨੂੰ। ਨਾਹੇ ਤਾਂ ਲੇ ਨਾਤਾ ਮਨਵਾਵੋ, ਨਹੀਂ ਤੇ ਮੇਰੀ ਗੱਲ ਮੰਨ ਲਓ, ਆਪਣੇ ਪੁੱਤਰ ਹਰਗੋਬਿੰਦ ਜੀ ਦਾ ਵਿਆਹ ਮੇਰੀ ਬੱਚੀ ਨਾਲ ਕਰ ਦਿਓ। ਹੁਣ ਮਹਾਰਾਜ ਕਹਿੰਦੇ ਸਨ ਸੰਗਤ ਨੇ ਨਾ ਕਰਤੀ, ਅਸੀਂ ਕਰ ਹੀ ਨਹੀਂ ਸਕਦੇ। ਸੁਨੀ ਦੁਸ਼ਟ ਕੀ ਆਇਸ ਜਬੇ, ਜਲ ਭਰ ਦੇਗ ਚੜਾਇਸ ਤਬੇ। ਉਧਰੋਂ ਸਾਧ ਸੰਗਤ ਜੀ ਸਵੇਰ ਦਾ ਸਮਾਂ, ਵੱਡਾ ਗਾਗਰ ਵੱਡੀ ਦੇਗ
ਜਿਹਦੇ ਵਿੱਚ ਚੌਂਕੜਾ ਮਾਰ ਕੇ ਆਰਾਮ ਨਾਲ ਬੈਠਿਆ ਜਾਂਦਾ। ਦੁਸ਼ਟ ਚੰਦੂ ਦੇ ਸਿਪਾਹੀ ਸਾਧ ਸੰਗਤ ਜੀ ਉਹ ਗਾਗਰ ਜਲ ਦੀ ਭਰ ਕੇ ਲੈ ਆਏ। ਹਾਂਜੀ, ਸਮਧਾ ਬਾਰ ਬਾਰ ਤਪਤਾਇਓ, ਅੱਗ ਬਾਲ ਬਾਲ ਕੇ ਬਾਰ ਬਾਲ ਕੇ ਉਸ ਪਾਣੀ ਨੂੰ ਚੰਗੀ ਤਰ੍ਹਾਂ ਤਪਾਇਆ ਗਿਆ। ਲਾਹੌਰ ਦੇ ਵਿੱਚ ਚੰਦੂ ਦੀ ਹਵੇਲੀ ਹੈ, ਸਾਹਮਣੇ ਦਰਵਾਜ਼ੇ ਦੇ ਵਿੱਚ ਗੁਰੂ ਕੇ ਪੰਜ ਸਿੱਖ ਬੈਠੇ ਹੈ। ਮਹਾਰਾਜ ਅੰਦਰ ਨੇ ਵਿਹੜੇ ਦੇ ਵਿੱਚ ਸਾਧ ਸੰਗਤ ਜੀ ਉਹ ਦੇਗ ਨੂੰ ਉਬਾਲਿਆ ਜਾ ਰਿਹਾ ਹੈ। ਹਾਂਜੀ, ਬਾਰ ਬਾਰ ਲਿਹੋ ਮਾਨ, ਬਾਰ ਬਾਰ ਲਿਹੋ ਮਾਨ ਸੁਣਾਇਓ। ਤੇ ਉਹ ਬਾਰ ਬਾਰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੂੰ ਆਪਣੀ ਗੱਲ ਸੁਣਾਉਂਦਾ ਹੈ। ਮੰਨ ਲਓ, ਕਹਿੰਦਾ ਮੰਨ ਲਓ, ਮਹਾਰਾਜ ਸ਼ਾਂਤ ਬੈਠੇ ਹੈ। ਹਾਂਜੀ, ਸੁਣ ਸਤਿਗੁਰ ਕਿਸ ਹਿਰਦੇ ਨਾ ਆਈ। ਮਹਾਰਾਜ ਨੇ ਉਹਦੀ ਗੱਲ ਦਾ ਧਿਆਨ ਹੀ ਨਹੀਂ ਦਿੱਤਾ, ਕਿਉਂ? ਮਹਾਰਾਜ ਇੱਕ ਵਾਰ ਉੱਤਰ ਦੇ ਚੁੱਕੇ ਆ। ਹਾਂਜੀ, ਚਿੱਤੈ ਸਰਾਪ ਕਾਨਾ ਬ੍ਰਹਮ ਗਿਆਨੀ। ਹਾਂਜੀ, ਕਹਿਓ ਬਾਕ ਹਮ ਕੋ ਡਰ ਪਾਵੇ, ਜਿਮ ਪੂਰਬ ਤਿਮ ਹੀ ਬਨ ਆਵੇ, ਨਹਿ ਤੁਵਾ ਦੁਹਤਾ ਕੋ ਕਬ ਨਾਤਾ, ਚਿੱਤ ਜੇ ਚਹਤ ਪ੍ਰਾਨ ਕਰ ਘਾਤਾ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਮਹਾਰਾਜ ਕਹਿਣ ਲੱਗੇ, ਚੰਦੂ ਅਸੀਂ ਆਪਣਾ ਜਵਾਬ ਤੈਨੂੰ ਦੇ ਚੁੱਕੇ ਹਾਂ, ਬਾਰ ਬਾਰ ਇੱਕ ਗੱਲ ਨਾ ਸਾਨੂੰ ਆਖ। ਮਹਾਰਾਜ ਕਹਿੰਦੇ ਹੁਣ ਰਿਸ਼ਤਾ ਨਹੀਂ ਹੋ ਸਕਦਾ। ਕਹਿੰਦਾ ਗੁਰੂ ਜੀ ਕਰ ਲਓ ਸਭ ਕੁਝ ਰਫਾ ਦਫਾ। ਮਹਾਰਾਜ ਕਹਿੰਦੇ ਜੋ ਗੱਲ ਗੁਰੂ ਨਾਨਕ ਸਾਹਿਬ ਦੀ ਸੰਗਤ ਨੇ ਕਹਿਤੀ ਅਸੀਂ ਮੋੜ ਨਹੀਂ ਸਕਦੇ। ਗੱਜ ਕੇ ਆਖੋ ਵਾਹਿਗੁਰੂ, ਕਿੱਡਾ ਮਾਣ ਹੈ ਸਾਨੂੰ ਮਹਾਰਾਜ ਨੇ ਦਿੱਤਾ ਜੀ। ਜਿਹੜੀ ਗੱਲ ਸੰਗਤ ਨੇ ਕਹਿ ਦਿੱਤੀ ਹੈ ਸਤਿਗੁਰੂ ਕਹਿੰਦੇ ਅਸੀਂ ਮੋੜ ਨਹੀਂ ਸਕਦੇ। ਹਾਂਜੀ, ਕ੍ਰੋਧ ਬਸੀ ਹੋਏ ਜਿਮ ਕਰਤਾ, ਪਰ ਹੈ ਨਰਕ ਜਮ ਫਾਸੀ ਧਰਤਾ, ਕਹਿ ਚੰਦੂ ਅਬ ਗਿਆਨ ਸੁਨਾਵਤ। ਮਹਾਰਾਜ ਕਹਿੰਦੇ ਚੰਦੂ ਤੂੰ ਕ੍ਰੋਧ ਦੇ ਵਸ ਜੋ ਕਰ ਰਿਹਾ ਹੈ ਨਾ, ਕ੍ਰੋਧ ਬੰਦੇ ਨੂੰ ਫਾਸੀ 'ਤੇ ਲਵਾ ਦਿੰਦਾ ਜੀ। ਅਤੇ ਚੰਦੂ ਕਹਿੰਦਾ ਜੀ ਹੁਣ ਮੈਨੂੰ ਬ੍ਰਹਮ ਗਿਆਨ ਸੁਣਾ ਰਹੇ ਹੋ ਤੁਸੀਂ। ਹਾਂਜੀ, ਕੂਕਰ ਕਹਿਓ ਨਾ ਤਬ ਡਰ ਪਾਵਤ। ਅਤੇ ਪਹਿਲਾਂ ਕਿਉਂ ਨਹੀਂ ਸੀ ਡਰ ਆਇਆ ਜਦੋਂ ਮੈਨੂੰ ਕੂਕਰ ਕਿਹਾ? ਮਹਾਰਾਜ ਕਹਿੰਦੇ ਚੰਦੂ ਅਸੀਂ ਤੇਰੇ ਤੋਂ ਡਰ ਨਹੀਂ ਰਹੇ, ਤੂੰ ਪਾਣੀ ਦੀ ਦੇਗ ਨੂੰ ਉਬਾਲ ਕੇ ਸਾਨੂੰ ਨਾ ਡਰਾ। ਹਾਂਜੀ, ਤਿਸਕੋ ਫਲ ਅਬ ਲਿਓ ਮਹਾਨਾ, ਦਿਓ ਸਜਾਏ ਪ੍ਰਾਨ ਕਰਹਾਨਾ, ਕਹਿ ਚਾਕਰ ਸੋ ਦੇਗ ਉਬਾਰੀ, ਪਕੜਿਓ ਦੇਹੋ ਤਿਸੈ ਮਹਿੰਡਾਰੀ। ਗੱਲਬਾਤ ਹੋਈ, ਸਤਿਗੁਰੂ ਨਹੀਂ ਮੰਨੇ। ਸਵੇਰ ਦਾ ਸਮਾਂ, ਦੁਸ਼ਟ ਨੇ ਕਿਹਾ ਆਪਣੇ ਸੇਵਕਾਂ ਨੂੰ, ਨੌਕਰਾਂ ਨੂੰ ਵੀ ਇਹਨਾਂ ਨੂੰ ਬਾਹਾਂ ਤੋਂ ਫੜੋ ਅਤੇ ਉਬਲਦੀ ਦੇਗ ਦੇ ਵਿੱਚ ਬਿਠਾ ਦਿਓ ਜੀ। ਸਾਧ ਸੰਗਤ ਜੀ, ਕਥਾ ਹੀ ਕਰਨੀ ਸੌਖੀ ਹੈ। ਦਾਸ ਬੇਨਤੀ ਕਰੇ, ਹਰ ਸਾਲ ਆਪ ਜੀ ਸ਼ਹੀਦੀ ਪ੍ਰਸੰਗ ਦੀ ਕਥਾ ਸੁਣਦੇ ਹਾਂ, ਪਰ ਸੱਚ ਇਹ ਹੈ ਅਲਫਾਜ਼ ਮੁੱਕ ਜਾਂਦੇ ਹੈ, ਇਹ ਕਥਾ ਨਹੀਂ ਹੋ ਸਕਦੀ ਜੀ। ਕਿਤੇ ਗਰਮ ਪਾਣੀ ਦਾ ਪਤੀਲਾ ਹੋਵੇ, ਉਹਦੇ 'ਚ ਉਂਗਲ ਹੀ ਪਾ ਕੇ ਵੇਖ ਲਵੇ ਬੰਦਾ, ਪਿਆਰਿਓ ਕੀ ਬਣਦਾ। ਪੂਰੇ ਦਾ ਪੂਰਾ ਸਰੀਰ ਲੈ ਕੇ ਵਿੱਚ ਬੈਠਣਾ ਬੜੀ ਵੱਡੀ ਗੱਲ ਹੈ। ਕਹਿੰਦਾ ਫੜੋ ਇਹਨਾਂ ਨੂੰ, ਉਬਲਦੀ ਦੇਗ ਵਿੱਚ ਬਿਠਾਓ। ਸਤਿਗੁਰੂ ਨੇ ਪਤਾ ਕੀ ਕਿਹਾ? ਮਹਾਰਾਜ ਕਹਿੰਦੇ ਭਾਈ ਕੋਈ ਸਿਪਾਹੀ ਸਾਨੂੰ ਹੱਥ ਨਾ ਲਾਵੇ। ਕਹਿੰਦਾ ਫਿਰ ਜਾਓਗੇ ਕਿਵੇਂ? ਮਹਾਰਾਜ ਕਹਿੰਦੇ ਅਸੀਂ ਉਬਲ ਦੀ ਦੇਗ ਦੇ ਕੋਲ ਆਪੇ ਹੀ ਚਲੇ ਜਾਵਾਂਗੇ ਅਤੇ ਆਪੇ ਹੀ ਵਿੱਚ ਬਹਿ ਜਾਵਾਂਗੇ, ਨਹੀਂ ਤਾਂ ਬੰਦਿਆਂ ਨੂੰ ਫੜ ਫੜ ਕੇ, ਪਿਆਰਿਓ ਉਬਲ ਦੀ ਦੇਗ ਦੇ ਲਾਗੇ ਖੜੋ, ਬੰਦੇ ਪਿੱਛੇ ਭੱਜਦੇ ਆ, ਕੌਣ ਵਿੱਚ ਜਾ ਕੇ ਪੈਂਦਾ ਹੈ। ਹਾਂਜੀ, ਤਬ ਸਤਿਗੁਰ ਉੱਠ ਆਪੇ ਗਏ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਉੱਠੇ, ਉੱਠ ਕੇ ਉਬਲਦੀ ਦੇਗ ਵਾਲੇ ਪਾਸੇ ਗਏ। ਬਾਬਾ ਬਿਧੀ ਚੰਦ ਜੀ ਹੋਣੀ ਆਪਣੀਆਂ ਅੱਖਾਂ ਨਾਲ ਵੇਖ ਰਹੇ ਸਨ, ਇਹ ਸਾਰਾ ਦ੍ਰਿਸ਼ ਵੇਖ ਰਹੇ ਹੈ। ਸਰੀਰ ਤੋਂ ਕੁੜਤਾ ਲਾਇਆ ਸਤਿਗੁਰਾਂ ਨੇ, ਮਹਾਰਾਜ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਆਪੇ ਹੀ ਉੱਠ ਕੇ ਗਏ ਜੀ।
ਤਪਤ ਨੀਰ ਮਹਿ ਬੈਠਤ ਭਏ ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਉਸ ਦੇਗ ਉੱਬਲ ਰਹੀ ਹੋਵੇ ਪਿਆਰੇ, ਉਹ ਤਾਂਬਾ ਕਿੰਨਾ ਗਰਮ ਹੁੰਦਾ ਹੈ, ਉਹਨੂੰ ਹੱਥ ਨਹੀਂ ਚ ਲੱਗਦਾ। ਗੁਰੂ ਅਰਜਨ ਸਾਹਿਬ ਨੇ ਇੰਜ ਫੜਿਆ, ਪੈਰ ਤਾਂ ਚਰਨ ਤਾਂ ਕੀਤੇ ਹੈ, ਅਤੇ ਸੱਚੇ ਪਾਤਸ਼ਾਹ ਉਸ ਉਬਲਦੀ ਦੇਗ ਵਿੱਚ ਗੁਰੂ ਅਰਜਨ ਦੇਵ ਜੀ ਚੌਂਕੜਾ ਲਾ ਕੇ ਬੈਠ ਗਏ ਹੈ ਜੀ। ਦੁਨੀਆਂ ਦਾ ਕੋਈ ਬੰਦਾ ਨਹੀਂ ਕਰ ਸਕਦਾ ਜੀ, ਜਿਹੜਾ ਉਬਲਦੀ ਦੇਗ ਵਿੱਚ ਜਾ ਕੇ ਇਸ ਤਰੀਕੇ ਨਾਲ ਬੈਠ ਜਾਵੇ। ਭਾਈ ਦਿਆਲਾ ਜੀ ਜਦੋਂ ਬਹਿਣ ਲੱਗੇ ਸੀ ਨਾ, ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਸੀ, ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਰੂਪ 'ਚ ਆਪ ਜੀ ਬੈਠੇ ਸੀ, ਅੱਜ ਸਿੱਖ ਬਹਿਣ ਲੱਗਾ, ਮਹਾਰਾਜ ਮੇਰੇ ਵਿੱਚ ਵਰਤਿਓ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਉਬਲਦੀ ਦੇਗ ਵਿੱਚ ਬੈਠ ਗਏ। ਹਾਂਜੀ, ਹਾ ਹਾ ਕਾਰ ਹੇਰ ਸਿੱਖ ਕਰੈ, ਗੁਰੂ ਸਾਹਿਬ ਦੇ ਸਿੱਖ ਵੇਖ ਕੇ ਹਾਹਾਕਾਰ ਕਰਨ ਲੱਗ ਪਏ ਹੈ, ਦੁਸ਼ਟੋ ਇਹ ਪਾਪ ਨਾ ਕਮਾਓ। ਪਰ ਓਨੇ ਚਿਰ ਨੂੰ ਸੱਚੇ ਪਾਤਸ਼ਾਹ ਇਉਂ ਬੈਠ ਗਏ ਜਿਵੇਂ ਮਖਮਲੀ ਤਖਤ 'ਤੇ ਬੈਠਦੇ ਹੈ। ਉੱਠਿਓ ਪਿਰਾਣਾ ਸ਼ਕਤ ਨਾ ਜਰੈ, ਗੁਰ ਦਿਸ਼ ਚੱਲਿਓ ਕੇ ਲਉ ਉਬਾਰੀ, ਹਤੋਂ ਦੁਸ਼ਟ ਚੰਦੂ ਦੁਰਚਾਰੀ। ਭਾਈ ਪਿਰਾਣਾ ਜੀ ਉੱਠੇ ਆ, ਕਹਿੰਦਾ ਦੁਸ਼ਟੋ ਗੁਰੂ ਸਾਹਿਬ ਨੂੰ ਨਾ ਬਿਠਾਓ, ਮੈਂ ਉਬਲਦੀ ਦੇਗ 'ਚ ਬਹਿ ਜਾਂਦਾ, ਮੇਰੇ ਸਤਿਗੁਰੂ ਨੂੰ ਬਾਹਰ ਕੱਢ ਦਿਓ। ਸਾਧ ਸੰਗਤ ਜੀ, ਗੁਰੂ ਦੇ ਸਰੀਰ ਦੀ ਬੇਦ ਵੀ ਸਿੱਖ ਕੋ ਜਰੀ ਨਹੀਂ ਜਾਂਦੀ ਜੀ, ਮੈਂ ਅੰਦਰ ਜਾ ਕੇ ਬੈਠ ਜਾਂਦਾ। ਸਾਧ ਸੰਗਤ ਜੀ, ਉਸੇ ਵੇਲੇ ਦੁਸ਼ਟ ਚੰਦੂ ਨੇ ਕੀ ਕੀਤਾ? ਹਾਂਜੀ, ਤਬ ਹੈ ਸਿਪਾਹੀ ਗਹਿ ਕਰ ਸੋਟਾ, ਦੁਸ਼ਟ ਚੰਦੂ ਕਹਿੰਦਾ ਫੜ ਲਓ ਇਹਨੂੰ। ਪਿਆਰੇ ਉਹ ਸਿਪਾਹੀਆਂ ਨੇ ਹੱਥ ਵਿੱਚ ਵੱਡੇ ਵੱਡੇ ਸੋਟੇ ਮੋਟੇ ਮੋਟੇ ਫੜੇ। ਹਾਂਜੀ, ਦੋਏ ਤ੍ਰੈ ਹਤੇ ਜਾਤ ਕੋ ਹੋਟਾ, ਦੋ ਤਿੰਨ ਸੋਟੇ ਜ਼ੋਰ ਜ਼ੋਰ ਦੀ ਭਾਈ ਪੁਰਾਣਾ ਜੀ ਨੂੰ ਮਾਰ ਕੇ ਇੱਕ ਪਾਸੇ ਸੁੱਟ ਦਿੱਤਾ ਜੀ ਇਹਨਾਂ ਨੇ ਜੀ, ਸਰੀਰ ਨਿਰਬਲ ਕਰ ਦਿੱਤਾ ਭਾਈ ਪੁਰਾਣਾ ਜੀ ਦਾ। ਹਾਂਜੀ, ਸਤਿਗੁਰ ਕਹਿਓ ਨਾ ਆਵੋ ਤੀਰ, ਪਰੈ ਦੁਸ਼ਟ ਜਰ ਖਾਰੋ ਨੀਰ। ਮਹਾਰਾਜ ਉਬਲਦੀ ਦੇਗ 'ਚ ਬੈਠੇ ਹੈ, ਸੱਚੇ ਪਾਤਸ਼ਾਹ ਕਹਿੰਦੇ ਆ ਸਿੱਖੋ ਨੇੜੇ ਨਾ ਆਵੋ, ਚੰਦੂ ਨੇ ਸਾਨੂੰ ਨਹੀਂ ਬਿਠਾਇਆ ਉਬਲਦੀ ਦੇਗ 'ਚ, ਆਪਣੀਆਂ ਜੜ੍ਹਾਂ 'ਚ ਖਾਰਾ ਪਾਣੀ ਪਾ ਰਿਹਾ ਮਹਾਰਾਜ ਕਹਿੰਦੇ। ਹਾਂਜੀ, ਹਮ ਤੋ ਤਜ ਹੈ ਆਪਣੇ ਪ੍ਰਾਨ, ਲੇਹੋ ਸਾਸਨਾ ਤੁਮ ਕਿਉਂ ਆਨ। ਅਸੀਂ ਆਪਣੇ ਪ੍ਰਾਣ ਮਹਾਰਾਜ ਕਹਿੰਦੇ ਛੱਡਣੇ ਆ, ਇਹ ਤਾਂ ਬਹਾਨਾ ਬਣ ਰਿਹਾ, ਤੁਸੀਂ ਕਿਉਂ ਤੰਗ ਹੁੰਦੇ ਹੋ? ਮਹਾਰਾਜ ਕਹਿੰਦੇ ਤੁਸੀਂ ਆਰਾਮ ਨਾਲ ਬੈਠੇ ਕਰਤਾਰ ਦਾ ਭਾਣਾ ਦੇਖੋ, ਪਰ ਜਰਿਆ ਜਾਂਦਾ ਸਾਹਮਣੇ ਗੁਰੂ ਅਰਜਨ ਦੇਵ ਸਾਹਿਬ ਦੇਗ ਦੇ ਵਿੱਚ ਸਰੀਰ ਉਬਾਲੇ ਖਾ ਰਿਹਾ ਹੋਵੇ, ਸਿੱਖਾਂ ਕੋ ਜਰਿਆ ਜਾਂਦਾ। ਖਰਿਓ ਦੂਰ ਕਰ ਜੋਰ ਪਿਰਾਣਾ, ਭਾਈ ਪਿਰਾਣਾ ਜੀ ਦੂਰ ਖਲੋਤੇ ਹੱਥ ਜੋੜ ਕੇ ਸਤਿਗੁਰੂ ਨੂੰ ਉੱਚੀ ਬੋਲ ਬੋਲ ਕੇ ਬੇਨਤੀ ਕਰ ਰਹੇ ਹੈ। ਸ਼ਕਤ ਦਿਖਾਵਨ ਹੇਤ ਵਿਖਾਣਾ, ਮਹਾਰਾਜ ਮੈਨੂੰ ਹੁਕਮ ਕਰੋ, ਮੈਨੂੰ ਸ਼ਕਤੀ ਇੱਕ ਵਾਰੀ ਵਿਖਾ ਲੈਣ ਦਿਓ, ਮੇਰੇ 'ਚ ਜਿੰਨੀ ਤਾਕਤ ਹੈ ਉਹ ਮੈਨੂੰ ਵਿਖਾ ਲੈਣ ਦਿਓ। ਹਾਂਜੀ, ਪ੍ਰਭ ਜੀ ਰਹਿਓ ਜਾਏ ਨਹਿ ਮੋਤੇ, ਰਾਵਰ ਕੋ ਇਤ ਦੁੱਖ ਹੋਤੇ। ਮਹਾਰਾਜ ਮੇਰੇ ਕੋ ਜਰਿਆ ਨਹੀਂ ਜਾ ਰਿਹਾ, ਤੁਹਾਨੂੰ ਇੰਨਾ ਦੁੱਖ ਹੋ ਰਿਹਾ, ਤੁਹਾਡੇ ਸਰੀਰ ਦੀ ਇੰਨੀ ਬੇਦ ਵੀ ਕਰ ਰਹੇ ਹੈ। ਦਿੱਲੀ ਲਵਪੁਰ ਨਗਰ ਵਿਸਾਲੇ, ਅਬ ਲੇਵੋ ਨਿਜ ਹੱਥ ਉਠਾਲੇ। ਮਹਾਰਾਜ ਆਪ ਕਿਰਪਾ ਕਰੋ, ਦਿੱਲੀ ਤੇ ਲਾਹੌਰ ਦੋਵੇਂ ਫੜ ਕੇ ਜਿਵੇਂ ਤਾੜੀ ਮਾਰੀ ਦੀ ਹੈ ਉਵੇਂ ਦੋਵੇਂ ਟਕਰਾ ਕੇ ਮਾਰ ਕੇ ਖਤਮ ਕਰਦੇ ਹਾਂ। ਮਹਾਰਾਜ ਕਹਿੰਦੇ ਦੋਹਨ ਪੇਰਾਵੋ ਜਿਉਂ ਕਰ ਤਾਰੀ, ਦਿਓ ਨਾਸ ਕਰ ਲੱਗਾ ਨਾ ਬਾਰੀ। ਇੱਕ ਬੰਨੇ ਲਾਹੌਰ ਤੇ ਦਿੱਲੀ ਫੜ ਕੇ ਤਾੜੀ ਮਾਰਦੇ ਹਾਂ। ਹੁਣ ਇੱਕ ਗੱਲ ਸੁਣੋ ਪਿਆਰਿਓ, ਜੇ ਗੁਰੂ ਅਰਜਨ ਦੇਵ ਜੀ ਦੇ ਸਿੱਖ 'ਚ ਇੰਨੀ ਤਾਕਤ ਹੈ, ਖੁਦ ਗੁਰੂ ਅਰਜਨ ਸਾਹਿਬ 'ਚ ਕਿੰਨੀ ਸ਼ਕਤੀ ਹੋਏਗੀ ਜੀ? ਇਹ ਤਾਂ ਸਿੱਖ ਨੇ, ਤੇ ਗੁਰੂ ਅਰਜਨ ਸਾਹਿਬ ਕੌਣ ਨੇ? ਗੋਰੇ ਅਰਜਨ ਪ੍ਰਤੱਖ ਹਰ, ਮਹਾਰਾਜ ਤਾਂ ਪ੍ਰਤੱਖ ਪਰਮੇਸ਼ਰ ਹਨ। ਜਹਾਂਗੀਰ ਨੇ ਤਾਕਤ ਦੱਸੀ ਸੀਗੀ, ਵਾਹਿਗੁਰੂ ਮੀਆਂ ਮੀਰ ਜੀ ਨੇ ਜਹਾਂਗੀਰ ਨੂੰ ਤਾਕਤ ਦੱਸੀ ਸੀ, ਗੁਰੂ ਅਰਜਨ ਸਾਹਿਬ 'ਚ ਇੰਨੀ ਤਾਕਤ ਸੀ ਜਹਾਂਗੀਰ
ਫੂਕ ਮਾਰ ਕੇ ਖੰਡ ਬ੍ਰਹਿਮੰਡ ਉਡਾ ਸਕਦੇ ਸਨ ਮਹਾਰਾਜ। ਜਿਨ੍ਹਾਂ ਨੂੰ ਤੂੰ ਸ਼ਹੀਦ ਕੀਤਾ ਉਹਨਾਂ ਕੁਛ ਨਹੀਂ ਕਿਹਾ। ਪਿਆਰਿਓ, ਉਬਲਦੀ ਦੇਗ ਨੂੰ ਠੰਡਿਆਂ ਕਰਨਾ ਹੀ ਨਹੀਂ ਵੱਡੀ ਤਾਕਤ ਕਰਾਮਾਤ, ਇਹ ਛੋਟੀ ਕਰਾਮਾਤ ਨਹੀਂ ਹੈ। ਉਬਲਦੀ ਦੇਗ 'ਚ ਉਬਾਲੇ ਖਾਣਾ ਅਤੇ ਮੁੱਖੋਂ ਕਹਿਣਾ ਹੀ ਕੁਛ ਨਹੀਂ, ਇਹ ਛੋਟੀ ਤਾਕਤ ਨਹੀਂ ਹੈ, ਬੜੀ ਵੱਡੀ ਕਰਾਮਾਤ ਹੈ। ਕਿਉਂ ਇਤਨੇ ਦੁੱਖ ਸਹੋ ਗੁਸਾਈ, ਦੇਹੋ ਸ਼ਾਰਤ ਮੁਖ ਕਹੋ ਨਾ ਕਾਈ। ਇਸ਼ਾਰਾ ਤੇ ਕਰੋ ਮਹਾਰਾਜ, ਆਪ ਉਬਲ ਦੀ ਦੇਗ ਚ ਬੈਠੇ ਇਸ ਤਰ੍ਹਾਂ ਦੁੱਖ ਸਹਿ ਰਹੇ ਹੋ। ਸੁਣ ਸਤਿਗੁਰ ਕਹਿ ਕਿਹਤੇ ਪਾਈ, ਜੇ ਚਾਹਤ ਅਬ ਸ਼ਕਤ ਦਿਖਾਈ। ਸੁਣੋ ਗੁਰੂ ਕਰ ਸੇਵ ਤੁਮਾਰੀ। ਮਹਾਰਾਜ ਕਹਿੰਦੇ ਹੈ ਪੁਰਾਣਾ ਜੀ, ਇੰਨੀ ਤਾਕਤ ਕਿਤੇ ਕੋਲੋਂ ਆ ਗਈ, ਕਿੱਥੋਂ ਆ ਗਈ ਤੁਹਾਡੇ 'ਚ ਇੰਨੀ ਸ਼ਾਕਤ ਤਾਕਤ ਵੀ ਲਾਹੌਰ ਅਤੇ ਦਿੱਲੀ ਨੂੰ ਹੀ ਟਕਰਾ ਦਿਓ, ਇੰਨੀ ਤਾਕਤ ਕਿੱਥੋਂ ਆ ਗਈ। ਹਾਂਜੀ ਭਾਇਓ ਕਿਰਪਾ ਤੇ ਪਰਾਕ੍ਰਮ ਭਾਰੀ। ਅਤੇ ਭਾਈ ਪੁਰਾਣਾ ਜੀ ਕਹਿੰਦੇ ਸਤਿਗੁਰੂ ਤੁਹਾਡੀ ਕਿਰਪਾ ਕਰਕੇ ਹੀ ਹੈ। ਇੱਕ ਬੰਨੇ ਮਹਾਰਾਜ ਉਬਲਦੀ ਦੇਗ 'ਚ ਸਰੀਰ ਉਬਾਲੇ ਖਾ ਰਿਹਾ, ਮਹਾਰਾਜ ਸਿੱਖ ਨਾਲ ਬੜੀ ਸ਼ਾਂਤੀ ਨਾਲ ਬਚਨ ਕਰ ਰਹੇ ਹੈ। ਹਾਂਜੀ ਚੰਦੂ ਦੁਸ਼ਟ ਮੂੜ ਕਿਆ ਹੈ, ਨਾਸੋਂ ਤੁਰਕ ਨਾਮ ਨਹਿ ਰਹਿ। ਤੁਹਾਡੀ ਕਿਰਪਾ ਨਾਲ ਐਡੀ ਵੱਡੀ ਸ਼ਕਤੀ ਹੈ, ਚੰਦੂ ਤੇ ਛੱਡੋ, ਦੁਨੀਆਂ ਤੇ ਤੁਰਕਾਂ ਦਾ ਨਾਮ ਹੀ ਮਿਟਾ ਦਿਆਂ ਮਹਾਰਾਜ, ਤੁਹਾਡੀ ਕਿਰਪਾ ਕਰਕੇ ਸ਼ਕਤੀ ਹੈ। ਹਾਂਜੀ ਜਿਨਕੇ ਰਾਜ ਮਹਾ ਅਨਿਆਏ, ਤੁਮ ਸਮ ਕੋ ਅਸਹੋਤ ਸਜਾਏ। ਮਹਾਰਾਜ ਜਿਨ੍ਹਾਂ ਦੇ ਰਾਜ ਵਿੱਚ ਇਸ ਤਰ੍ਹਾਂ ਹੋ ਰਿਹਾ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਆ ਜੇ ਇਸ ਤਰ੍ਹਾਂ ਦਾ ਕੁਝ ਵੀ ਕੀਤਾ ਖਾਲੀ ਹੋ ਜਾਓਗੇ। ਮਹਾਰਾਜ ਕਹਿੰਦੇ ਸਭ ਤਾਕਤਾਂ ਉੱਡ ਜਾਣਗੀਆਂ। ਪਿਆਰਿਓ ਉੱਥੇ ਦੱਸਦੇ ਆ ਪੰਜੇ ਸਿੱਖ ਮਹਾਰਾਜ ਜੀ ਦਾ ਬਚਨ ਮੰਨ ਕੇ ਧੌਣਾ ਨੀਵੀਆਂ ਕਰਕੇ ਸਤਿਗੁਰੂ ਜੀ ਦਾ ਸਾਹਮਣੇ ਜੋ ਦ੍ਰਿਸ਼ ਸੀ ਉਹਦੇ ਤੋਂ ਅੱਖਾਂ ਬਚਾਉਂਦੇ ਆ। 9 ਘੰਟੇ ਦਾ ਸਮਾਂ ਸੀ, 3 ਪਹਿਰ ਦਾ ਸਮਾਂ ਸੀਗਾ ਵਿਦਵਾਨ ਦੱਸਦੇ ਹੈ, ਜਦੋਂ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਉਬਲਦੀ ਦੇਗ ਦੇ ਵਿੱਚ ਬੈਠੇ ਰਹੇ। ਇਹ ਕਿਤੇ ਛੋਟੀ ਕਰਾਮਾਤ ਨਹੀਂ ਹੈ, 9 ਘੰਟੇ ਕੋਈ ਚੀਜ਼ ਪਾਣੀ ਵਿੱਚ ਰਹੇ ਬਚਦਾ ਹੀ ਨਹੀਂ ਕੁਛ ਉਹਦਾ ਜੀ। ਤੋ ਇਹਦੇ ਤੋਂ ਬਾਅਦ ਸ਼ਾਮ ਪਈ ਹੈ ਅਤੇ ਸ਼ਾਮਾਂ ਤੋਂ ਬਾਅਦ ਮਹਾਰਾਜ ਗਰੀਬ ਨਿਵਾਜ ਜੀ ਬਾਹਰ ਆਏ ਆ। ਕਹਿੰਦੇ ਆ ਜਦੋਂ ਦੇਗ ਚੋਂ ਨਿਕਲੇ ਗਏ ਆ, ਅੱਜ ਦਾ ਦਿਨ ਸੀ ਉਹ, ਦੇਗ ਚੋਂ ਸਰੀਰ ਨਿਕਲਿਆ ਹੋਏਗਾ ਉਬਾਲੇ ਖਾ ਕੇ, ਅਤੇ ਉਸ ਸਰੀਰ ਦਾ ਕੀ ਹਾਲ ਬਣ ਗਿਆ ਹੋਏਗਾ ਜੀ, ਅੰਦਾਜ਼ਾ ਲਾ ਕੇ ਵੇਖੋ। ਪਿਆਰਿਓ ਚੱਲਣਾ ਮੁਸ਼ਕਲ ਹੋ ਜਾਂਦਾ, ਹੱਥ ਹਿਲਾਉਣਾ ਮੁਸ਼ਕਲ ਹੋ ਜਾਂਦਾ। ਮਹਾਰਾਜ ਉਬਲਦੀ ਦੇਗ ਚੋਂ ਬਾਹਰ ਆਏ ਆ, ਸਾਰੀ ਦਿਹਾੜੀ ਧੂੰਆਂ ਨਿਕਲਦਾ ਰਿਹਾ, ਸਿੱਖ ਵੇਖਣ ਧੂੰਆਂ ਕਾਹਦਾ ਆਉਂਦਾ ਹੈ, ਡਰਨ ਵੀ। ਮਹਾਰਾਜ ਬੈਠੇ ਰਹੇ ਆ ਅਤੇ ਸੱਚੇ ਪਾਤਸ਼ਾਹ ਉਬਲਦੀ ਦੇਗ 'ਚ ਬੈਠਿਆਂ ਬੈਠਿਆਂ ਸਮਾਂ ਲੰਘ ਗਿਆ। ਆਪ ਮਹਾਰਾਜ ਜਦੋਂ ਬਾਹਰ ਆਏ, ਸਿੱਖਾਂ ਸਰੀਰ ਨੂੰ ਵੇਖ ਕੇ ਚੀਕਾਂ ਤੱਕ ਮਾਰੀਆਂ ਸੀ, ਸਤਿਗੁਰੂ ਦਾ ਐਡਾ ਵਧੀਆ ਸਰੀਰ ਛਾਲੇ ਛਾਲੇ ਹੋ ਗਿਆ ਮਹਾਰਾਜ ਦਾ ਸਰੀਰ, ਤੁਰਿਆ ਨਾ ਜਾਵੇ ਸਰੀਰ ਕਰਕੇ ਸਿਪਾਹੀ ਨਾਲ ਹਨ। ਮਹਾਰਾਜ ਆਪਣੀ ਉਸੇ ਥਾਂ 'ਤੇ ਬੈਠ ਗਏ ਹੈ, ਪਰ ਹਿਰਦਾ ਕੀ ਕਹਿ ਰਿਹਾ, ਹਿਰਦਾ ਇਸੇ ਗੱਲ ਦਾ ਇਜਾਬ ਕਰਦੇ ਆ, ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾ। ਹਰ ਨਾਮ ਪਦਾਰਥ ਨਾਨਕ ਮਾਂਗੈ, ਹਰ ਨਾਮ ਪਦਾਰਥ ਨਾਨਕ ਮਾਂਗੈ, ਹਰ ਨਾਮ ਪਦਾਰਥ
ਅਰਥ ਨਾਨਕ ਮੰਗੈ ਹਰ ਨਾਮ ਪਦਾਰਥ ਨਾਨਕ ਮੰਗੈ ਛਾਲੇ ਛਾਲੇ ਹੋਇਆ ਸਤਿਗੁਰੂ ਜੀ ਦਾ ਜੁੱਸਾ ਸਰੀਰ ਮਹਾਰਾਜ ਰਾਤ ਨੂੰ ਬੈਠੇ ਹੈ ਅਤੇ ਆਪਣੇ ਆਨੰਦ ਵਿੱਚ ਹਨ ਚਾਰੋਂ ਤਰਫੋਂ ਅੱਗ ਬਰਸੇ ਸੇਕ ਸੀ ਧਨ ਸਾੜ ਦਾ ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਸਾਈਂ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ ਹੋ ਵਿਆਕੁਲ ਰੋਪਿਆ ਚੀਕੇ ਤੇ ਤਾਹੀ ਮਾਰਦਾ ਸੁਣ ਕਿਹਾ ਸਤਿਗੁਰਾਂ ਮੀਆਂ ਛੋਡੋ ਪ੍ਰੀਤੀ ਚਾਮ ਸੇ ਕਿਹਾ ਹੁਆ ਤਨ ਤਪ ਰਹਾ ਮਨ ਸ਼ਾਂਤ ਹੈ ਹਰੀ ਨਾਮ ਸੇ ਮਹਾਰਾਜ ਗਰੀਬ ਨਵਾਜ ਜੱਗੋਂ ਕੀਵੇ ਭਾਣੇ ਨੂੰ ਵਰਤਾ ਕੇ ਆਪਣੇ ਤਨ 'ਤੇ ਸਹਿੰਦੇ ਹਨ ਉਹ ਸਾਰਾ ਪ੍ਰਸੰਗ ਕੱਲ੍ਹ ਦੇ ਦਿਨਾਂ 'ਚ ਸਰਵਣ ਕਰਾਂਗੇ ਫੁੱਲਾਂ ਚੁੱਕਣ ਦੀ ਖਿਮਾ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ